ਜੇ ਤੁਸੀਂ ਸਿੰਗਰ ਨਹੀਂ ਹੁੰਦੇ ਐਕਟਰ ਨਹੀਂ ਹੁੰਦੇ ਫਿਰ ਤੁਸੀਂ ਕੀ ਹੁੰਦੇ ਮੈਂ ਪੁਲਿਸ ਚ ਹੁੰਦਾ ਜੀ ਪੁਲਿਸ ਚ ਹੁੰਦੇ ਮੈਂ ਸਬ ਇੰਸਪੈਕਟਰ ਲਈ ਸਿਲੈਕਟ ਹੋ ਗਿਆ ਸੀ ਓਕੇ ਤੇ ਪਰ ਮੈਂ ਤਿਆਰੀ ਉਦੋਂ ਆਈਪੀਐਸ ਦੀ ਕਰ ਰਿਹਾ ਸੀ ਸੌਰੀ ਪੀਪੀਐਸ ਦੀ ਕਰ ਰਿਹਾ ਸੀ ਤੇ ਬਸ ਫਿਰ ਮੇਰਾ ਗਾਣਾ ਚੱਲ ਗਿਆ ਫਿਰ ਮੈਂ ਇੰਟਰਵਿਊ ਤੇ ਨਹੀਂ ਗਿਆ ਪੰਜਾਬ ਦੇ ਵਿੱਚ ਕੋਈ ਨਵਾਂ ਕਨਸੈਪਟ ਲੈ ਕੇ ਆਂਦਾ ਹੈ ਕੋਈ ਵੀ ਪ੍ਰੋਡਿਊਸਰ ਡਾਇਰੈਕਟਰ ਉਹ ਐਕਸੈਪਟ ਕਿਉਂ ਨਹੀਂ ਕਰਦੇ ਅੱਜ ਅਸੀਂ ਉਹੋ ਜੀ ਫਿਲਮ ਬਣਾ ਹੀ ਨਹੀਂ ਪਾਏ ਕੋਈ ਮੈਨੂੰ ਇੱਕ ਵੀ ਫਿਲਮ ਐਸੀ ਨਹੀਂ ਲੱਗਦੀ ਕਿ ਯਾਰ ਜਿਹੜੀ ਬੜੀ ਡਿਜ਼ਰਵਿੰਗ ਸੀ ਤੇ ਚੱਲੀ ਨਹੀਂ ਕਈ ਨੌਨ ਡਿਜ਼ਰਵਿੰਗ ਫਿਲਮਾਂ ਜਾਂ ਐਵਰੀ ਡਿਜ਼ਰਵਿੰਗ ਫਿਲਮਾਂ ਨੂੰ ਬਹੁਤ ਵੱਡਾ ਬਿਜ਼ਨਸ ਦਿੱਤਾ ਹੈ ਮਤਲਬ ਮਤਲਬ ਪੰਜਾਬ ਚ ਕਪੈਸਿਟੀ ਜ਼ਿਆਦਾ ਹੈ ਫਿਲਮਾਂ ਦੇਖਣ ਦੀ ਪਰ ਹਾਂ ਅਸੀਂ ਨਹੀਂ ਡਿਲੀਵਰ ਕਰ ਪਾਏ ਸਾਡੇ ਚ ਕਮੀਆਂ ਹੈਗੀਆਂ ਸਾਡਾ ਕੰਪੀਟੀਸ਼ਨ ਤੁਸੀਂ ਕਹਾਂਗੇ ਮਨੀ ਹਾਰ ਜਸ ਕੁਇਡ ਗੇਮਸ ਜਾਂ ਕੇਜੀਐਫ ਜਾਂ ਸਲਾਰ ਜਾਂ ਇੰਨੀਆਂ ਵੱਡੀਆਂ ਫਿਲਮਾਂ ਨਾਲ ਉਹੀ ਥੀਏਟਰ ਨੇ ਜਿੱਥੇ ਉਹ ਫਿਲਮ ਲਾਦਿਆ ਉਹੀ ਥੀਏਟਰ ਜਿੱਥੇ ਸਾਡੀਆਂ ਫਿਲਮਾਂ ਲੱਗਦੀਆਂ ਸਾਡਾ ਕੰਪੀਟੀਸ਼ਨ ਤਾਂ ਉਹ ਹੈ ਹੀ ਹਾਂ ਸਾਨੂੰ ਸਾਡੇ ਕੋਲ ਉਹ ਟੈਕਨੀਸ਼ੀਅਨਸ ਸ਼ਾਇਦ ਟੈਕਨੀਸ਼ੀਅਨ ਨਾਲੋਂ ਮੈਂ ਵਰਡ ਯੂਜ਼ ਕਰੂੰਗਾ ਵਿਜ਼ਨ ਵਿਜ਼ਨ ਬਹੁਤ ਜ਼ਰੂਰੀ ਹੈ ਉਹ ਵਿਜ਼ਨ ਜਿਹੜਾ ਵਿਜ਼ਨ ਵੀ ਤੇ ਆਈ ਥਿੰਕ ਬਜਟ ਵੀ ਡੋਨਟ ਯੂ ਥਿੰਕ ਬਜਟ ਨਾਲ ਫਿਲਮ ਵੱਡੀ ਨਹੀਂ ਬਣਦੀ ਬਾਲੀਵੁੱਡ 'ਚ ਵੀ ਕਲੈਸ਼ਸ ਹੁੰਦੇ ਆ ਪਰ ਮੋਸਟ ਆਫ ਦਾ ਟਾਈਮ ਉਹ ਬਹੁਤ ਪਲਾਨ ਕਰਕੇ ਚੱਲਦੇ ਆ ਕਿ ਫਿਲਮਾਂ ਨੂੰ ਛੇੜਦੇ ਨਹੀਂ ਇੱਕ ਦੂਜੇ ਦੀਆਂ ਫਿਲਮਾਂ ਨੂੰ ਬਹੁਤ ਘੱਟ ਕੀ ਹੁੰਦਾ ਕਿ ਸਾਊਥ ਵਾਲੀ ਫਿਲਮ ਦੇ ਨਾਲ ਬਾਲੀਵੁੱਡ ਦੀ ਕੋਈ ਫਿਲਮ ਕਲੈਸ਼ ਹੋ ਗਈ ਹੋਵੇ ਆਦਰਵਾਇਜ਼ ਹਾਂ ਮੇਰਾ ਇੱਕ ਇਮੇਜਨਰੀ ਵਰਲਡ ਜ਼ਰੂਰ ਹੈਗਾ ਕਿ ਯਾਰ ਅਸੀਂ ਸਾਰੇ ਹੀ ਮੰਨ ਲਓ ਕਿ ਜਿਹੜੀਆਂ ਫਿਲਮਾਂ ਜਿਵੇਂ ਦੋ ਨੂੰ ਵਾਰਨਿੰਗ ਆ ਰਹੀ ਹੈ ਜਾਂ ਜਿੰਨੀਆਂ ਵੀ ਫਿਲਮਾਂ ਆ ਰਹੀਆਂ ਕਿ ਉਹਨਾਂ ਨੇ ਕਿਹੜਾ ਮਿਹਨਤ ਨਹੀਂ ਕੀਤੀ ਹੋਈ ਹਾਂ ਉਹਨਾਂ ਨੇ ਵੀ ਬਹੁਤ ਜ਼ੋਰ ਲਾਇਆ ਮੈਂ ਅਕਸਰ ਕਹਿੰਦਾ ਹੁੰਦਾ ਕਿ ਯਾਰ ਜਿਹੜੇ ਵੱਡੇ ਆ ਹਨਾ ਉਹਨਾਂ ਨੂੰ ਆ ਐਂ ਲੱਗਦਾ ਵੀ ਅਸੀਂ ਤਾਂ ਐਂ ਕਰਾਂਗੇ ਤੇ ਫਿਰ ਮੈਨੂੰ ਇਹ ਲੱਗਦਾ ਕਿ ਯਾਰ ਜੇ ਮਤਲਬ ਆਈ ਇੱਕ ਦੂਜੇ ਨੂੰ ਰੋਕਣ ਨਾਲ ਕੋਈ ਵੱਡਾ ਛੋਟਾ ਹੋ ਜੇ ਜਾਂ ਫਿਲਮਾਂ ਚੱਲਣ ਸੇਫ ਡੇਟਾਂ ਦੇ ਤਾਂ ਫਿਰ ਸਾਰੇ ਵਾਰਨਿੰਗ ਦਾ ਟ੍ਰੇਲਰ ਵੀ ਮੈਨੂੰ ਬਹੁਤ ਵਧੀਆ ਲੱਗਿਆ। ਮੈਨੂੰ ਐ ਲੱਗਦਾ ਕਿ ਹਾਂ ਉਹ ਫਿਲਮ ਨੂੰ 3 ਹਫ਼ਤੇ ਕਲੀਨ ਮਿਲਦੇ ਤਾਂ ਵਧੀਆ ਸੀ। ਸਾਡੀ ਫਿਲਮ ਭਾਵੇਂ ਜਨਰ ਐਕਸ਼ਨ ਹੈ ਪਰ ਇਹਦਾ ਇੱਕ ਰੰਗ ਅਲੱਗ ਹੈ। ਇਹ ਯੂਨੀਵਰਸਿਟੀ ਦੀ ਫਿਲਮ ਹੈ, ਮੁੰਡਿਆਂ ਦੀ ਫਿਲਮ ਹੈ। ਇਹਦੇ ਵਿੱਚ ਪਰਿਵਾਰਕ ਐਕਸ਼ਨ ਹੈ, ਭਰਾਵਾਂ ਦੀ ਗੱਲ ਹੈ। ਇਹਨੂੰ ਵੀ ਜੇ ਕਲੀਨ 2 ਹਫ਼ਤੇ ਮਿਲ ਜਾਣ ਹਨਾ। ਮੈਨੂੰ ਲੱਗਦਾ ਕਿ ਇਹ ਫਿਲਮ ਹੋਰ ਜ਼ਿਆਦਾ ਵਧੀਆ ਹੋ ਸਕਦੀਆਂ ਹੁਣ ਮੈਨੂੰ ਲੱਗਦਾ ਹੈ ਕਿ ਹੁਣ ਹਰ ਬੰਦਾ ਡਾਇਰੈਕਟਰ ਹੈ ਹਰ ਬੰਦਾ ਮਿਊਜ਼ਿਕ ਪ੍ਰੋਡਿਊਸਰ ਹੈ ਹਰ ਬੰਦਾ ਲੇਬਲ ਓਨਰ ਹੈ ਹੁਣ ਉਹ ਸ਼ਾਇਦ ਕੁਆਲਿਟੀ ਆਫ ਵਰਕ ਘਟ ਰਿਹਾ ਹੈ ਆਈ ਥਿੰਕ ਅਮਾਉਂਟ ਆਫ ਵਰਕ ਦਾ ਕੁਆਲਿਟੀ ਆਫ ਵਰਕ ਕੁਆਂਟੀਟੀ ਦਾ ਬਹੁਤ ਆ ਰਹੀ ਹੈ ਪਰ ਗਿਣ ਚੁਣ ਗਿਣ ਚੁਣ ਕੇ ਤੁਸੀਂ ਸਾਲ ਚ ਫਿਲਮਾਂ ਦੀ ਵੀ ਗੱਲ ਕਰੀਏ ਜਾਂ ਗਾਣਿਆਂ ਦੀ ਵੀ ਗੱਲ ਕਰੀਏ ਮੈਨੂੰ ਲੱਗਦਾ 10 ਜਾਂ 15 ਹਿੱਟ ਗਾਣੇ ਹੁੰਦੇ ਇੱਕ ਸਾਲ ਚ ਤੇ ਜੇ ਰਿਲੀਜ਼ ਦੀ ਕਾਊਂਟਿੰਗ ਕਰੀਏ ਲੱਖਾਂ ਚ ਗਾਣੇ ਰਿਲੀਜ਼ ਹੁੰਦਾ ਹੈ ਤੇ ਉਹਵੇਂ ਫਿਲਮਾਂ ਸੌਆਂ ਚ ਰਿਲੀਜ਼ ਹੁੰਦੀਆਂ ਪਰ ਸਾਲ ਦੀਆਂ ਦੋ ਜਾਂ ਤਿੰਨ ਵੱਡੀਆਂ ਫਿਲਮਾਂ ਹੂੰ ਤਾਂ ਮਤਲਬ ਕਮੀ ਤਾਂ ਹੈ ਕਿਤੇ ਮੈਂ ਫਿਲਮਾਂ ਤੋਂ ਬਹੁਤ ਐਕਸਪੈਕਟ ਨਹੀਂ ਕਰਦਾ ਆਹਦੀਆਂ ਫਿਲਮਾਂ ਤੋਂ ਗਾਣਿਆਂ ਤੋਂ ਫਿਰ ਵੀ ਮੈਂ ਐਕਸਪੈਕਟੇਸ਼ਨਸ ਮੇਰੀਆਂ ਹੁੰਦੀਆਂ ਮੈਨੂੰ ਥੋੜਾ ਜਿਹਾ ਆਈਡੀਆ ਲੱਗ ਜਾਂਦਾ ਕਿ ਯਾਰ ਇਹ ਗਾਣਾ ਕਿਵੇਂ ਜਿਹਦਾ ਰਹੂਗਾ ਕਿੱਥੇ ਜ ਜਾਊਗਾ ਫਿਲਮ ਚ ਹੁੰਦਾ ਹੈ ਕਿ ਲੋਕਾਂ ਨੇ ਜੇਬ ਚੋਂ ਪੈਸੇ ਕੱਢਣੇ ਆ ਫਿਰ ਦੇਖਣ ਜਾਣਾ ਲੋ ਆਡੀਅנס ਦਾ ਮੂਡ ਹੈ ਉਹਨਾਂ ਨੇ ਟ੍ਰੇਲਰ ਦੇਖ ਕੇ ਡਿਸਾਈਡ ਕਰਨਾ ਹੈ ਤਾਂ ਉਹਦੇ ਚ ਇਹ ਹੁੰਦਾ ਹੈ ਕਿ ਬਸ ਇਹ ਬੈਟਰ ਹੈ ਕਿ ਤੁਸੀਂ ਤੋਂ ਐਕਸਪੈਕਟ ਨਾ ਕਰੋ ਆਰਟਿਸਟ ਦੀ ਸਭ ਤੋਂ ਜ਼ਰੂਰੀ ਡਿਊਟੀ ਹੀ ਇਹ ਹੈ ਕਿ ਬਿਹੇਵੀਅਰ ਹਾਂ ਬਿਹੇਵੀਅਰ ਤੁਹਾਨੂੰ ਠੀਕ ਕਰਨਾ ਹੀ ਪੈਂਦਾ ਥੋੜੇ ਕੋਈ ਗੋਲੀ ਵੀ ਮਾਰ ਦੇ ਤੁਹਾਨੂੰ ਸਹਿਣਾ ਹੀ ਪੈਂਦਾ ਸਭ ਤੋਂ ਪਹਿਲਾਂ ਤਾਂ ਰੂਲ ਨੰਬਰ 1 ਇਜ਼ ਪੇਸ਼ੈਂਸ ਪੇਸ਼ੈਂਸ ਸਟੇਜ ਤੇ ਬਹੁਤ ਕੁਝ ਹੁੰਦਾ ਹੈ ਪਤਾ ਕੀ ਹੈ ਯਾਰ ਉੱਥੇ ਕੁਝ ਲੋਕ ਐਹੋ ਜਿਹੇ ਵੀ ਹੁੰਦੇ ਜਿਨ੍ਹਾਂ ਨੇ दारू ਪੀਤੀ ਹੋਈ ਆ ਕੁਝ ਲੋਕ ਐਹੋ ਜਿਹੇ ਵੇ ਜਿਹੜੇ ਆ ਤਾਂ ਗਏ ਪਰ ਉਹ ਤੁਹਾਡੇ ਫੈਨ ਨਹੀਂ ਹੈਗੇ ਫੈਨ ਨਹੀਂ ਹੈਗੇ ਹਾਂ ਅੱਛਾ ਕੁਝ ਐਹੋ ਜਿਹੇ ਨੇ ਜਿਹੜੇ ਤੁਹਾਡੇ ਲਈ ਮਰਨ ਨੂੰ ਤਿਆਰ ਨੇ ਜਿਹੜੇ ਮਤਲਬ ਜਿਹੜੇ ਕਹਿੰਦੇ ਕਿ ਬਸ ਤੈਨੂੰ ਦੇਖਣਾ ਹੈ ਤੁਹਾਨੂੰ ਕੋਈ ਬੰਦਾ ਇਸ਼ਾਰੇ ਅਸੀਂ ਪੰਜਾਬੀ ਆ ਸਾਰੇ ਹਨਾ ਸਾਡੇ ਚ ਕਣਖ ਵੀ ਹੁੰਦੀ ਆ ਸਾਨੂੰ ਵੀ ਪਿੰਚ ਹੁੰਦੀਆਂ ਗੱਲਾਂ ਆਫਟਰ ਆਲ ਵੀ ਆਲ ਆਰ ਹਿਊਮਨ ਹਿਊਮਨ ਤੇ ਉਹ ਸਾਰੀਆਂ ਗੱਲਾਂ ਪਰ ਮੈਨੂੰ ਲੱਗਦਾ ਕਿ ਕਲਾਕਾਰ ਹਿਊਮਨ ਨਹੀਂ ਹੁੰਦੇ ਨਹੀਂ ਹੁੰਦੇ ਕਮਾਂਡ ਤੇ ਚੱਲੋ ਤੁਹਾਡੀ ਕਮਾਂਡ ਹੈ 2 ਘੰਟੇ ਹੱਸ ਕੇ ਗਾਉਣਾ ਹੈ ਤੁਹਾਡੀ ਕਮਾਂਡ ਹੈ ਤੁਸੀਂ 7 ਵਜੇ ਸਟੇਟ ਤੇ ਪਹੁੰਚ ਕੇ ਬੈਸਟ ਐਕਟ ਕਰਨਾ ਤੁਹਾਡੀ ਕਮਾਂਡ ਹੈ ਵੀ ਜੇ ਫਰਾਈਡੇ ਫਿਲਮ ਨਹੀਂ ਵੀ ਵਰਕ ਕੀਤੀ ਅਗਲੇ ਦਿਨ ਫਿਰ ਸਮਾਈਲ ਕਰਕੇ ਸਾਰਿਆਂ ਨੂੰ ਦੱਸਣਾ ਮੇਰੀ ਫਿਲਮ ਦੇਖਣ ਜਾਓ ਸੋ ਜਿਹੜਾ ਐ ਕਰ ਜਾਂਦਾ ਮੈਨੂੰ ਲੱਗਦਾ ਉਹ ਕਾਮਯਾਬ ਮੈਰਿਜ ਕੋਈ ਕੰਮ ਨਹੀਂ ਹੈ ਔਰ ਇਸੇ ਕਰਕੇ ਮੈਂ ਉਹਦੇ ਬਾਰੇ ਜ਼ਿਆਦਾ ਗੱਲ ਨਹੀਂ ਕਰਦਾ ਕਿਉਂਕਿ ਮੈਨੂੰ ਹੁੰਦਾ ਹੈ ਕਿ ਯਾਰ ਇਹ ਮੇਰੀ ਪਰਸਨਲ ਚੀਜ਼ ਹੈ ਪਰਸਨਲ ਚੀਜ਼ ਹੈ ਉਹ ਚੰਗੀ ਹੈ ਉਹ ਮਾੜੀ ਹੈ ਉਹਦੇ ਚ ਕਮੀਆਂ ਨੇ ਉਹ ਅਪ ਟੂ ਦਾ ਮਾਰਕ ਹੈ ਉਹ ਮੇਰੀ ਹੈ ਮਤਲਬ ਜਿਹੜੇ ਵੀ ਲੋਕ ਇਹ ਗੱਲ ਸੁਣ ਰਹੇ ਨੇ ਕਿ ਤੁਸੀਂ ਆਪਣੀ ਪ੍ਰੋਫੈਸ਼ਨ ਨੂੰ ਅਲੱਗ ਰੱਖੋ ਹੂੰ ਤੇ ਪਰਸਨਲ ਲਾਈਫ ਨੂੰ ਅਲੱਗ ਰੱਖੋ ਔਰ ਮੈਂ ਬਹੁਤ ਵਾਰ ਦੇਖਿਆ ਕਿ ਲੋਕ ਨਾ ਆਪਣੇ ਪਾਰਟਨਰ ਬਾਰੇ ਆਪਣੀ ਫੈਮਿਲੀ ਬਾਰੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਬਹੁਤ ਸੋਸ਼ਲ ਮੀਡੀਆ ਤੇ ਔਰ ਖੱਟਾ ਮਿੱਠਾ ਸਾਰਿਆਂ ਦੀ ਲਾਈਫ ਚ ਹੁੰਦਾ ਹੈ ਹਨਾ ਫਿਰ ਮੈਂ ਦੇਖਦਾ ਕਿ ਉਹਨਾਂ ਦੀ ਰੀਅਲ ਜ਼ਿੰਦਗੀ ਕਿਵੇਂ ਦੀ ਹੈ اون ਕੈਮਰਾ ਕਿਵੇਂ ਦਿਖਾਉਂਦੇ ਸੋ ਮੈਨੂੰ ਆਏ ਗਿਆ ਯਾਰ ਮੇਰੀ ਲਾਈਫ ਮੇਰੀ ਅਲੱਗ ਰਵੇ ਹਾਂ ਹਰ ਚੀਜ਼ ਜਿਵੇਂ ਤੁਹਾਡੀ ਜ਼ਿੰਦਗੀ ਆ ਜਿਵੇਂ ਸਾਰਿਆਂ ਦੀ ਤੇ ਆਮ ਜ਼ਿੰਦਗੀ ਆ ਹੀ ਹੁੰਦੀ ਹੈ ਗੁਰਨਾਮ ਤੁਹਾਨੂੰ ਪਤਾ ਹੈ ਤੁਹਾਡੇ ਫੈਨਸ ਦੇ ਵਿੱਚ ਤੁਹਾਨੂੰ ਲੈ ਕੇ ਸਭ ਤੋਂ ਜ਼ਿਆਦਾ ਕਿਸ ਚੀਜ਼ ਦਾ क्रेज ਹੈ ਐਨੀ ਗੈਸਸਿਸ ਨਹੀਂ ਗੈਸ ਕਰੋ ਜਿਮੀ ਜੀ ਐਕਟਿੰਗ ਸਿੰਗਿੰਗ ਹੋ ਤਾਂ ਹੈਗੇ ਹੀ ਨਹੀਂ ਇਹ ਤੋਂ ਅਲਾਵਾ ਹੋਰ ਕੀ ਹੈ ਹੋਰ ਕੀ ਹੋਦਾ ਤੁਸੀਂ ਦੱਸੋ ਨਹੀਂ ਦੱਸਦੀਆਂ ਤੁਹਾਡੀ ਸਮਾਈਲ ਤੁਹਾਡੀ ਸਮਾਈਲ ਨੂੰ ਸੋਸ਼ਲ ਮੀਡੀਆ ਤੇ ਇੰਨਾ ਜ਼ਿਆਦਾ ਐਪਰੀਸ਼ੀਏਟ ਕੀਤਾ ਜਾਂਦਾ ਆਈ ਕਾਂਟ ਇਵਨ ਟੈਲ ਯੂ ਲੋਕ ਇਨ ਕ੍ਰੇਜ਼ੀ ਨੇ ਤੁਹਾਡੇ ਫੈਨ ਪੇजेस ਇੰਨੇ ਜ਼ਿਆਦਾ ਕਲਿਪਸ ਕੱਟ-ਕੱਟ ਕੇ ਉੱਥੇ ਪਾਉਂਦੇ ਨੇ ਤੇ ਮੈਨੂੰ ਲੱਗਦਾ ਮੁੰਡਿਆਂ ਦੇ ਨਾਲ ਬਹੁਤ ਘੱਟ ਹੁੰਦਾ ਇੰਦਾ ਕੁੜੀਆਂ ਨੂੰ ਤਾਂ ਮੈਨੂੰ ਪਤਾ ਹੈਬਿਟ ਹੁੰਦੀ ਐ ਇਸ ਚੀਜ਼ ਦੀ ਤੇ ਮੁੰਡਿਆਂ ਦੇ ਨਾਲ ਬਹੁਤ ਘੱਟ ਹੁੰਦਾ ਤੁਹਾਡੀ ਸਮਾਈਲ ਬਹੁਤ ਜ਼ਿਆਦਾ ਐਪਰੀਸ਼ੀਏਟ ਹੁੰਦੀ ਹੈ ਤੇ ਯੂ ਆਰ ਬੈਸਟ ਬlesਟ ਵਿਦ ਦਾ ਬੈਸਟ ਸਮਾਈਲ ਆਈ ਥਿੰਕ ਅੰਜੀ ਮੈਨੂੰ ਕਈ ਵਾਰੀ ਬਹੁਤ ਲੋਕ ਕਹਿੰਦੇ ਆ ਕਿ ਮਤਲਬ ਤੁਸੀਂ ਆਪਣੇ ਇਹਨਾਂ ਨੂੰ ਅਲਾਈਨ ਕਰਾ ਲਓ ਨੋ ਮੈਂ ਕਹਿੰਦਾ ਨਹੀਂ ਮੈਂ ਤਾਂ ਵਧੀਆ ਲੱਗਦਾ ਹੈ ਉਹੀ ਵਧੀਆ ਹੈ ਲੋਕਾਂ ਨੂੰ ਬਹੁਤ ਵਧੀਆ ਲੱਗਦਾ ਹੈ ਮੈਂ ਦੇਖਿਆ ਹੈ ਕਿ ਹਾਂ ਕਿਨੇ ਜ਼ਿਆਦਾ ਕਲਿਪਸ ਬਣਦੇ ਨੇ ਤੁਹਾਡੀ ਸਮਾਈਲ ਦੇ ਉੱਤੇ ਸਪੈਸ਼ਲੀ ਨਹੀਂ ਥੈਂਕ ਯੂ ਜਿਹੜੇ ਕਲਿਪਸ ਬਣਾਉਂਦੇ ਆ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਤੇ ठीक <laughs> है करिए स्टार्ट हां जी गुरनाम पुल्लर जबो अपने सपने पूरे ਕਰਨ ਦੇ ਲਈ ਚੰਡੀਗੜ੍ਹ ਆਂਦਾ ਹੈ ਫਿਰ ਤੁਹਾਡਾ ਡਾਇਮੰਡ Song ਸੁਪਰ ਹਿੱਟ ਹੁੰਦਾ ਹੈ ਫਿਰ ਤੁਸੀਂ ਬੈਕ ਟੂ ਬੈਕ movies ਕਰਦੇ ਹੋ ਐਜ਼ ਐਨ ਐਕਟਰ ਇਹ ਜਰਨੀ ਕਿਵੇਂ स्टार्ट ਹੋਈ ਅ ਐਕਚੁਅਲੀ ਅ ਐ ਵੈਸੇ ਮੈਂ ਹਰ ਇੰਟਰਵਿਊ 'ਚ ਅਨਸਰ ਦਿੰਨਾ ਕਿਉਂਕਿ ਮੈਨੂੰ ਲੱਗਦਾ ਕਿ ਰੀਜ਼ਨ ਹਮੇਸ਼ਾ ਜਿਹੜਾ ਹੈਗਾ ਉਹੀ ਹੋਣਾ ਚਾਹੀਦਾ ਅਸੀਂ ਜਿਹੜੇ ਸੰਤਾ ਨੂੰ ਮੰਨਦੇ ਆ ਮੈਂ ਬਹੁਤ ਛੋਟਾ ਸੀਗਾ ਅ ਸੈਕਿੰਡ 3rd ਕਲਾਸ ਚ ਹੂੰਗਾ ਉਦੋਂ ਉਹਨਾਂ ਨੇ ਮੈਨੂੰ ਇਹ ਆਸ਼ੀਰਵਾਦ ਦਿੱਤਾ ਸੀ ਬਲੇਸਿੰਗਸ ਦਿੱਤੀਆਂ ਸੀ ਕਿ ਬਹੁਤ ਸਭ ਕੁਝ ਬਹੁਤ ਹੋਏਗਾ ਹਨਾ ਫਿਰ ਉਸ ਤੋਂ ਬਾਅਦ ਮੈਂ ਜਰਨੀ ਸਟਾਰਟ ਕੀਤੀ ਤੇ ਸਕੂਲ ਦੇ ਵਿੱਚ ਕੋਈ ਐਸੀ ਕਰਿਕੂਲਰ ਐਕਟੀਵਿਟੀ ਨਹੀਂ ਸੀ ਪਾਵੇਂ ਐਕਟਿੰਗ ਹੋਏ ਡਾਂਸ ਹੋਏ ਗਰੁੱਪ Song ਹੋਏ ਸੋਲੋ ਪਰਫਾਰਮੈਂਸ ਸਕੂਲ ਫੰਕਸ਼ਨ ਚ ਕਰਤੋਂਦੀ ਹੈ ਉੱਥੇ ਮੈਂ ਹਰ ਫਿਰ ਹਰ ਇਵੈਂਟ ਚ ਪਾਰਟਿਸਪੇਟ ਕਰਨਾ ਫਿਰ ਮੈਂ ਬਕਾਇਦਾ ਮਾਸਟਰਸ ਕੀਤੀ 뮤జిక్ ਦੇ ਵਿੱਚ ਬੈਚਲਰਸ ਇਨ 뮤జిక్ ਚ ਸੀਗੀ ਯੂਥ ਫੈਸਟੀਵਲ ਚ ਕੀਤਾ ਫਿਰ ਮੈਂ ਪਹਿਲਾਂ ਸਟਾਰਟ ਕੀਤਾ 뮤జిక్ ਪ੍ਰੋਡਕਸ਼ਨ ਤੋਂ ਮੈਂ 뮤జిక్ ਬਣਾਉਂਦਾ ਹੁੰਦਾ ਸੀ ਬਾਕੀਆਂ ਦੇ ਗਾਣਿਆਂ ਦਾ ਤੇ ਉਹ ਵੀ ਜਰਨੀ ਬਸ ਇਸ ਕਰਕੇ ਸਟਾਰਟ ਹੋਈ ਸੀ ਕਿ ਪੈਸੇ ਨਹੀਂ ਹੁੰਦੇ ਸੀਗੇ ਕੋਲ ਤਾਂ 뮤జిక్ ਬਣਾਉਣਾ ਸਿੱਖ ਲਿਆ ਉਹਦੇ ਨਾਲ ਚਾਰ ਪੈਸੇ ਆਉਣ ਲੱਗ ਗਏ ਫਿਰ ਫਾਈਨਲੀ ਇੱਕ ਗਾਣਾ ਪਹਿਲਾਂ ਰਿਲੀਜ਼ ਕੀਤਾ ਹੀਰ ਜੀਆਂ ਕੁੜੀਆਂ ਤੇ ਉਸ ਤੋਂ ਬਾਅਦ ਮੇਰੇ ਕਈ ਗਾਣੇ ਇੰਨੇ ਚੱਲੇ ਨਹੀਂ ਤਿੰਨ ਚਾਰ ਗਾਣੇ ਫਿਰ ਫਾਈਨਲੀ ਮੈਨੂੰ ਜਸ ਰੈਕੋਰਡ ਕੰਪਨੀ ਉਹਨਾਂ ਨੇ ਉਹਨਾਂ ਨਾਲ ਮੈਂ ਸਾਈਨ ਹੋਇਆ ਜਸਵੀਰ ਭਾਜੀ ਫਿਰ ਅਸੀਂ ਫਿਰ ਵੀ ਦੋ ਤਿੰਨ ਗਾਣੇ ਨਹੀਂ ਚੱਲੇ ਫਿਰ ਅਸੀਂ ਡਾਇਮੰਡ ਗਾਣਾ ਬਣਾਇਆ ਵਿੱਕੀ ਢਾਲੀਵਾਲ ਉਹਦੇ ਨਾਲ ਬਾਈ ਨਾਲ ਮੇਰਾ ਬਹੁਤ ਪਿਆਰ ਆ ਹੂੰ ਤੇ ਜਦੋਂ ਤੋਂ ਮੈਂ ਚੰਡੀਗੜ੍ਹ ਆਇਆ ਸੀ ਉਹ ਤੋਂ ਜਾਣਦੇ ਆ ਇੱਕ ਦੂਜੇ ਨੂੰ ਮਿਲਦੇ ਰਹਿੰਦੇ ਆ ਤੇ ਆਈਂ ਅਸੀਂ ਡਿਸਕਸ ਕਰਦੇ ਰਹਿੰਦੇ ਸੀ ਯਾਰ ਇੱਕ ਇੱਕ ਹੀ ਗਾਣਾ ਹੁੰਦਾ ਇੱਕ ਆਰਟਿਸਟ ਨੂੰ ਬਣਾ ਦਿੰਦਾ ਤੇ ਆਈ ਮੈਂ ਘਰੋਂ ਚੰਡੀਗੜਾ ਆ ਰਿਹਾ ਸੀ ਗੱਡੀ ਚਲਾ ਰਿਹਾ ਸੀ ਤਾਂ ਉਹਨੇ ਮੈਨੂੰ ਫੋਨ ਕੀਤਾ ਹੂੰ ਕਹਿੰਦਾ ਬਾਈ ਇੱਕ ਗਾਣਾ ਮੇਰੇ ਕੋਲ ਆਇਆ ਡਾਇਮੰਡ ਦੀ ਚਾਂਦਰ ਹੂੰ ਬਸ ਜਦੋਂ ਉਹਨੇ ਇਹ ਸ਼ਬਦ ਸੁਣਾਏ ਨਾ ਮੈਨੂੰ ਉਹ ਸਫ਼ਰ ਕਦੀ ਨਹੀਂ ਭੁੱਲਾ ਓਕੇ ਮੈਂ ਕਿਹਾ ਯਾਰ ਆ ਗੱਲ ਬਹੁਤ ਵਧੀਆ ਹੈ ਤੇ ਫਿਰ ਅਸੀਂ ਉਹ ਗਾਣਾ ਬਣਾਇਆ ਫਿਰ ਕਾਫੀ ਦਿਨੋਂ ਰਿਲੀਜ਼ ਨਹੀਂ ਹੋਇਆ 6 ਮਹੀਨੇ ਗਾਣੇ ਦਾ ਵੀਡੀਓ ਸ਼ੂਟ ਹੋ ਕੇ ਪਿਆ ਹੋਇਆ ਸੁਖ ਸੰਘੇੜਾ ਉਹਨਾਂ ਨੇ ਵੀਡੀਓ ਕੀਤਾ ਸੀ ਪਰ ਉਹ ਬਿਜ਼ੀ ਐਨੇ ਸੀ ਵੱਡੇ ਆਰਟਿਸਟਾਂ ਦੇ ਕੰਮ 'ਚ ਕਿ ਉਹਨਾਂ ਨੇ ਸਾਡੇ ਵਾਲਾ ਗਾਣਾ ਸਾਨੂੰ ਡਿਲੀਵਰ ਕਰਨ 'ਚ ਹੀ 6 ਮਹੀਨੇ ਲਾਤੇ ਪਰ ਜਦੋਂ ਜੋ ਚੀਜ਼ ਹੋਣੀ ਹੁੰਦੀ ਹੈ ਮੇਰਾ ਇੱਕ ਕੁਐਸਚਨ ਵੀ ਸੀ ਤੁਸੀਂ ਪਹਿਲੇ ਅਨਸਰ ਦਿੱਤਾ ਕਿ ਡਾਇਮੰਡ Song ਦੀ ਬੈਕਸਟੋਰੀ ਕੀ ਸੀ ਕਿ ਕਿਵੇਂ ਬਣਿਆ ਤੇ ਤੁਸੀਂ ਇਹ ਕਿਹਾ ਕਿ 6 ਮਹੀਨੇ ਪਿਆ ਰਿਆ ਮੋਸਟਲੀ ਇਹ ਹੁੰਦਾ ਕਿ ਲੋਕ ਕਹਿੰਦੇ ਕਿ ਕੰਟੈਂਟ ਜਿੰਨਾ ਦੇਰ ਪਿਆ ਰਹੂਗਾ ਪੁਰਾਣਾ ਹੋ ਜਾਊਗਾ ਹਨਾ ਨਹੀਂ ਚੀਜ਼ ਆਂ ਨੀਰ ਅੰਦਿਆ ਨੇ ਪਰ ਉਹ Song ਇੰਨਾ ਸੁਪਰ ਡੂਪਰ ਹਿੱਟ ਸੀ ਕਿਵੇਂ ਬਣਿਆ ਮਤਲਬ ਕੀ ਸਟੋਰੀ ਸੀ ਕਿ ਤੁਸੀਂ ਸੋਚਿਆ ਸੀ ਨਾ ਵੱਡਾ ਹਿੱਟ ਹੋਊਗਾ ਨਹੀਂ ਪਰ ਮਤਲਬ ਕਿੰਨਾ ਵੱਡਾ ਤਾਂ ਕਦੀ ਵੀ ਨਹੀਂ ਤੁਹਾਨੂੰ ਪਤਾ ਹੁੰਦਾ ਨਾ ਪਰ ਹਾਂ ਜਿਵੇਂ ਮੈਨੂੰ ਲੱਗਦਾ ਹੈ ਕਿ ਹਰ ਆਰਟਿਸਟ ਨੂੰ ਨਾ ਇਹ ਪਤਾ ਹੁੰਦਾ ਹੈ ਕਿ ਉਹਦੇ ਕੋਲ ਕਿੰਨਾ ਕੁ ਵਧੀਆ ਗਾਣਾ ਹੈ ਮੰਨ ਲਓ ਜੇ ਮੇਰੇ ਕੋਲ ਅੱਜ 50 ਗਾਣੇ ਬਣੇ ਪਏ ਤਾਂ ਮੈਨੂੰ ਪਤਾ ਹੈ ਕਿ ਮੇਰੇ ਟੌਪ 5 ਬੈਸਟ ਕਿਹੜੇ ਆ ਤਾਂ ਉਵੇਂ ਉਹਨਾਂ ਦਿਨਾਂ 'ਚ ਮੈਂ ਜਿੰਨੇ ਵੀ ਗਾਣੇ ਬਣਾਏ ਮੈਨੂੰ ਇਹ ਪਤਾ ਸੀਗਾ ਕਿ ਯਾਰ डायमंड इज समथिंग एल्स ए समथिंग बिगर देन नॉर्मल ते जिन्नू ਵੀ ਮੈਂ ਸੁਣਾਉਣਾ ਮੇਰੇ ਦੋਸਤਾਂ ਨੂੰ ਜਾਂ ਜਿਹੜੇ ਮੇਰੇ ਸਰਕਲ ਦੇ ਹਰ ਇੱਕ ਨੇ ਸੁਣ ਕੇ ਕਹਿਣਾ ਯਾਰ ਇਹ ਗਾਣਾ ਤੇਰੀ ਲਾਈਫ ਬਦਲੇਗਾ ਮਤਲਬ ਹਰ ਇੱਕ ਬੰਦਾ ਇਹ ਕਹਿੰਦਾ ਸੀ ਜਦੋਂ ਸਾਰੇ ਇਹ ਬੋਲਦੇ ਸੀ ਮੈਨੂੰ ਵੀ ਲੱਗਦਾ ਸੀ ਯਾਰ ਤਾਂ ਮੈਂ ਬੜਾ ਕਿਉਰੀਅਸ ਸੀਗਾ ਕਿ ਯਾਰ ਕਦੋਂ ਡਾਇਮੰਡ ਰਿਲੀਜ਼ ਹੋਏਗਾ ਤੇ ਫਾਈਨਲੀ ਮੈਨੂੰ ਦੇਖਿਆ ਕਿ ਦੁਨੀਆ ਕਿਵੇਂ ਬਦਲਦੀ ਹੈ ਤੁਹਾਡੀ ਸਾਰੇ ਕਹਿੰਦੇ ਇਹ ਕਿਵੇਂ ਚੇਂਜ ਹੁੰਦਾ ਇਹ ਸਭ ਸੁਣਿਆ ਸੀਗਾ ਕਿ ਯਾਰ ਰਾਤ ਤੋਂ ਰਾਤ ਲੋਕ ਸਟਾਰ ਬਣ ਜਾਂਦੇ ਆ ਤੇ ਮੈਂ ਕਹਿੰਦਾ ਸੀ ਯਾਰ ਨਹੀਂ ਉਸ ਤੋਂ ਪਹਿਲਾਂ ਮੇਰੇ ਬਹੁਤ ਕੰਮ ਮੈਂ ਕੀਤਾ ਬਹੁਤ ਗਾਣੇ ਕੀਤੇ ਪਰ ਵਾਕਈ ਫਿਰ ਮੈਨੂੰ ਵਿਦਨ 2 ਮੰਥਸ ਫਿਰ ਫਿਲਮ ਵਾਲੀ ਅਪਰੋਚਸ ਆਉਣ ਲੱਗ ਗਈਆਂ ਫਿਰ ਗੁੱਡੀਆਂ ਪਟੋਲੇ ਫਿਲਮ ਦਾ ਸਬਾਬ ਬਣਿਆ ਹਾਂ ਉਹ ਫਿਲਮ ਨੇ ਵੀ ਮੇਰੇ ਕੈਰੀਅਰ ਨੂੰ ਇੱਕ ਅਲੱਗ ਰੰਗ ਦਿੱਤਾ ਸ਼ਾਇਦ ਮੈਂ ਸਿਰਫ ਸਿੰਗਰ ਹੁੰਦਾ ਤਾਂ ਅੱਜ ਕੁਝ ਹੋਰ ਹੁੰਦਾ ਸਕਸੈਸਫੁਲ ਫਿਲਮਾਂ ਸਕਸੈਸਫੁਲ ਟੀਮ ਦੇ ਨਾਲ ਜੁੜਨਾ ਉਹ ਮੇਰੇ ਕਰੀਅਰ ਨੂੰ ਹੋਰ ਅੱਗੇ ਲੈ ਕੇ ਗਿਆ ਕਿਵੇਂ ਲੱਗਿਆ ਜਦੋਂ ਫਿਲਮ ਤੁਹਾਨੂੰ ਆਫਰ ਹੋਈ ਮੈਨੂੰ ਰਿਅਲਾਈਜ਼ ਹੀ ਨਹੀਂ ਹੋਇਆ ਮਤਲਬ ਜਿਵੇਂ ਬਲੀਵ ਨਹੀਂ ਨਾ ਹੁੰਦਾ ਤੁਹਾਨੂੰ ਕਈ ਵਾਰੀ ਮੈਨੂੰ ਜਗਦੀਪ ਬਾਈ ਨੇ ਉਹਨਾਂ ਦੇ ਪ੍ਰੋਡਕਸ਼ਨ ਤੋਂ ਫੋਨ ਕਰਾਇਆ ਕਿਸੇ ਤੋਂ ਤੇ ਕਹਿੰਦੇ ਕਿ ਐਦਾਂ ਐਦਾਂ ਫਿਲਮ ਹੈ ਜਗਦੀਪ ਮੈਨੂੰ ਪਤਾ ਸੀਗਾ ਕਿ ਹੀ ਇਜ਼ ਵਨ ਆਫ ਦਾ ਪ੍ਰੋਮਿਨੈਂਟ ਡਾਇਰੈਕਟਰ ਆਫ ਪੰਜਾਬੀ ਫਿਲਮ ਇੰਡਸਟਰੀ ਤੇ ਮੈਂ ਜਦੋਂ ਮਿਲਿਆ ਉਹਨਾਂ ਨੂੰ ਮੈਨੂੰ ਮਿਲ ਕੇ ਹੀ ਐ ਲੱਗਿਆ ਕਿ ਮੇਰੀ ਫਿਲਮ ਬਣ ਗਈ ਹਾਂ ਬਟ ਆਫਟਰ ਦੈਟ ਫਿਰ ਫਿਰ ਫਿਲਮ 'ਚ ਵੀ ਐ ਹੋਇਆ ਜਦੋਂ ਮੇਰੇ ਨਾਲ ਓਕੇ ਕੀਤੀ ਫਿਲਮ ਉਸ ਤੋਂ ਬਾਅਦ ਦਿਲਜੀਤ ਭਾਜੀ ਨਾਲ ਉਹਨਾਂ ਦੀ ਛੜਾ ਸਾਈਨ ਹੋ ਗਈ ਓਕੇ ਤਾਂ ਫਿਰ ਉਹ ਕਹਿੰਦੇ ਯਾਰ ਹੁਣ ਮੈਂ ਨਹੀਂ ਕਰ ਸਕਦਾ ਇੱਕ ਵਾਰ ਐ ਲੱਗਿਆ ਕਿ ਫਿਲਮ ਨਹੀਂ ਬਣੇਗੀ ਨਹੀਂ ਹੋਗੀ ਅੱਛਾ ਤਾਂ ਪਰ ਜਦ ਤੱਕ ਮੈਂ ਬਹੁਤ ਫਿਲਮਾਂ ਛੱਡ ਚੁੱਕਿਆ ਸੀਗਾ ਕਿ ਮੈਨੂੰ ਸੀਗਾ ਯਾਰ ਮੈਂ ਇੱਕ ਵਧੀਆ ਬੰਦੇ ਨਾਲ ਕੰਮ ਕਰ ਰਿਹਾ ਹਾਂ ਫਿਰ ਫਾਈਨਲ ਉਹਨੇ ਕਿਹਾ ਕੋਈ ਨਹੀਂ ਯਾਰ ਮੈਂ ਜਿਵੇਂ ਮਰਜੀ ਆ ਮੈਂ ਤੇਰੀ ਵੀ ਫਿਲਮ ਲਿਖੂਗਾ ਫਿਰ ਦਾਦੂ ਨੇ ਡਾਇਰੈਕਟ ਕੀਤੀ ਉਹ ਫਿਲਮ PERSON uh, ON ਆ ਗਏ ਉਹਨ ਬੋਰਡ ਸਾਰੀ ਉਹ ਟੀਮ ਉਸ ਤਰ੍ਹਾਂ ਬਣਦੀ ਬਣਦੀ ਬਣ ਗਈ ਮੈਨੂੰ ਇਹ ਲੱਗਦਾ ਕਿ ਬਸ ਡੈਸਟਨੀ ਨੇ ਆਪਣੇ ਆਪ ਹੀ ਚੀਜ਼ਾਂ ਜੇ ਤਾਂ ਠੀਕ ਹੋਣੀਆਂ ਹੁੰਦੀਆਂ ਤਾਂ ਫਿਰ ਤੁਹਾਨੂੰ ਨਹੀਂ ਸਮਝਦਾ ਹਾਂਜੀ ਆਪਣੇ ਆਪ ਹੀ ਇੱਕ ਗੱਡੀ ਨਾਲ ਦੂਜੀ ਗੱਡੀ ਜੁੜਦੀ ਜਾਂਦੀ ਹੈ ਕਿ ਤੁਸੀਂ ਐਫਰਟ ਕਰਕੇ ਨਹੀਂ ਹੋ ਸਕਦਾ ਉਹੀ ਜਿਹੇ ਐਫਰਟ ਮੈਂ ਹਮੇਸ਼ਾ ਤੋਂ ਕਰਦਾ ਹਾਂ ਬਸ ਕਈ ਵਾਰੀ ਕੋਈ ਚੀਜ਼ਾਂ ਬਹੁਤ ਵੱਡੀਆਂ ਹੋ ਜਾਂਦੀਆਂ ਸੋ ਇਟਸ ਆਲ ਅਬਾਊਟ ਡੈਸਟਨੀ ওকে ਤੁਹਾਡੀ ਫਿਲਮ ਆ ਰਹੀ ਹੈ 9th ਆਫ ਫ फेब्रुवारी ਨੂੰ ਖਿਡਾਰੀ ਹਨਾ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਜੀ ਤੇ ਸੇਮ ਟਾਈਟਲ ਦੀ ਫਿਲਮ ਆਈ ਸੀ ਬਾਲੀਵੁੱਡ ਦੇ ਵਿੱਚ ਖਿਡਾਰੀ ਅਕਸ਼ੇ ਕੁਮਾਰ ਖਿਡਾਰੀ ਹਾਂ ਜੀ ਤੇ ਉਹ ਫਿਲਮ ਇੰਨੀ ਸੁਪਰ ਡੂਪਰ ਹਿੱਟ ਸੀ ਹਨਾ ਤੇ ਅਕਸ਼ੇ ਕੁਮਾਰ ਨੂੰ ਖਿਡਾਰੀ ਕੁਮਾਰ ਦਾ ਟੈਗ ਮਿਲ ਗਿਆ ਜੀ ਤੁਸੀਂ ਵੀ ਸੇਮ ਐਕਸਪੈਕਟ ਕਰ ਰਹੇ ਹੋ ਖਿਡਾਰੀ ਤੋਂ ਮੈਂ ਸੱਚੀ ਦੱਸਾਂ ਮੈਂ ਫਿਲਮਾਂ ਤੋਂ ਬਹੁਤ ਐਕਸਪੈਕਟ ਨਹੀਂ ਕਰਦਾ ਆਪਦੀਆਂ ਫਿਲਮਾਂ ਤੋਂ ਗਾਣਿਆਂ ਤੋਂ ਫਿਰ ਵੀ ਮੈਂ ਐਕਸਪੈਕਟੇਸ਼ਨਸ ਮੇਰੀਆਂ ਹੁੰਦੀਆਂ ਹਨ ਮੈਨੂੰ ਥੋੜਾ ਜਿਹਾ ਆਈਡੀਆ ਲੱਗ ਜਾਂਦਾ ਕਿ ਯਾਰ ਇਹ ਗਾਣਾ ਕਿਵੇਂ ਜਿਹਦਾ ਰਹੂਗਾ ਕਿੱਥੇ ਜ ਜਾਊਗਾ ਫਿਲਮਾਂ ਤੋਂ ਮੈਂ ਬਹੁਤ ਐਕਸਪੈਕਟ ਨਹੀਂ ਕਰਦਾ ਫਿਲਮ ਫਿਲਮ ਲਾਈਨ ਹੀ ਅਲੱਗ ਹੈ ਹਾਂ ਫਿਲਮ ਚ ਨਾ ਯਾਰ ਫਿਲਮ ਜੋ ਫਿਲਮ ਉਹ ਐਸੀ ਚੀਜ਼ ਹੈ ਕਿ ਅਨਪ੍ਰੇਡਿਕਟੇਬਲ ਹਾਂ ਫਿਲਮ ਚ ਹੁੰਦਾ ਹੈ ਕਿ ਲੋਕਾਂ ਨੇ ਜੇਬ ਚੋਂ ਪੈਸੇ ਕੱਢਣੇ ਆ ਫਿਰ ਦੇਖਣ ਜਾਣਾ ਉਹ ਆਡੀਅנס ਬੜੀ ਨਾ ਮਤਲਬ ਆਡੀਅנס ਦਾ ਮੂਡ ਹੈ ਉਹਨਾਂ ਨੇ ਟ੍ਰੇਲਰ ਦੇਖ ਕੇ ਡਿਸਾਈਡ ਕਰਨਾ ਹੈ ਤਾਂ ਉਹਦੇ ਚ ਇਹ ਹੁੰਦਾ ਹੈ ਕਿ ਬਸ ਇਹ ਬੈਟਰ ਹੈ ਕਿ ਤੁਸੀਂ ਇਹ ਤੋਂ ਐਕਸਪੈਕਟ ਨਾ ਕਰੋ ਨਿਊਟਰਲ ਜਿਹਾ ਨਹੀਂ ਤਾਂ ਫਿਰ ਤੁਹਾਨੂੰ ਟੈਨਸ਼ਨ ਫੀਲ ਹੁੰਦੀ ਹੈ ਬਟ ਮੈਨੂੰ ਇਹਨਾਂ ਪਤਾ ਹੈ ਕਿ ਹਾਂ ਕਿ ਖਿਡਾਰੀ ਨੂੰ ਦੇਖ ਕੇ ਜਿੰਨੇ ਵੀ ਲੋਕ ਇਹਨੂੰ ਦੇਖਣਗੇ ਸਾਰਿਆਂ ਨੂੰ ਇਹ ਲੱਗੇਗਾ ਕਿ ਯਾਰ ਕੁਝ ਅਲੱਗ ਅਟੈਂਪਟ ਹੋਇਆ ਪੰਜਾਬ ਚ ਕੁਸ਼ਤੀ ਤੇ ਪਹਿਲੀ ਵਾਰੀ ਫਿਲਮ ਬਣੀ ਹੈ ਇੰਨੀ ਵਧੀਆ ਇੰਨੀ ਟੈਕਨੀਕਲੀ ਇੰਨੀ ਸਟਰੋਂਗ ਹੈ ਫਿਲਮ ਸਾਰੀਆਂ ਚੀਜ਼ਾਂ ਬਹੁਤ ਵਧੀਆ ਨੇ ਅਸੀਂ ਸਾਰਿਆਂ ਨੇ ਆਪਣੇ ਕੈਰੈਕਟਰਸ ਤੇ ਮੈਂ 3 ਮਹੀਨੇ ਕੁਸ਼ਤੀ ਸਿੱਖੀ ਫਿਰ ਉਹ ਫਿਲਮ ਕੀਤੀ ਉਹ ਲੁੱਕ ਪਹਿਲਵਾਨਾਂ ਦੀ ਲੁੱਕ ਕਿਵੇਂ ਹੁੰਦੀ ਹੈ ਉਹਨਾਂ ਦੀ ਬਾਡੀ ਲੈਂਗੁਏਜ ਕੀ ਹੁੰਦੀ ਹੈ ਕਿ ਜਿੰਨਾ ਮੈਂ ਉਸ ਕੈਰੈਕਟਰ ਤੇ ਜਿੰਨੇ ਮੇਰੇ ਕੋਲ ਸੋਰਸਸ ਸੀ ਮੈਂ ਬੈਸਟ ਟਰਾਈ ਕੀਤਾ ਆਪਣਾ ਤੇ ਬਸ ਮੈਨੂੰ ਲੱਗਦਾ ਹੈ ਕਿ ਹਾਂ ਇਹ ਫਿਲਮ ਤੁਹਾਨੂੰ ਬੜੀ ਰੀਅਲਿਸਟਿਕ ਜੀ ਲੱਗੂਗੀ ਫਿਲਮੀ ਫਿਲਮੀ ਨਹੀਂ ਲੱਗੇਗੀ ਤੇ ਜਦੋਂ ਆਪਾਂ ਇੱਕ ਸਪੋਰਟ ਬੇਸਡ ਫਿਲਮ ਕਰਦੇ ਆ ਹਨਾ ਦੇਖੋ ਸਪੈਸੀਫਿਕ ਸਕਿਲਸ ਹੁੰਦੀਆਂ ਨੇ ਜਿਹੜੀ ਸਿੱਖਣੀ ਪੈਂਦੀਆਂ ਨੇ ਤੇ ਤੁਸੀਂ ਖਿਡਾਰੀ ਲਈ ਕੀ ਸਪੈਸੀਫਿਕ ਸਕਿਲ ਸਿੱਖਿਆ ਬੇਸਿਕਲੀ ਤਾਂ ਇਸ ਫਿਲਮ ਦੇ ਵਿੱਚ ਕਿਉਂਕਿ ਉਹ ਕੈਰੈਕਟਰ ਖਿਡਾਰੀ ਪਹਿਲਵਾਨ ਮੁੰਡਾ ਪਹਿਲਵਾਨ ਹੈ ਹਨਾ ਤੇ ਉਹਦੇ ਵਿੱਚ ਸਭ ਤੋਂ ਜ਼ਰੂਰੀ ਸੀ ਪਹਿਲਾਂ ਮੇਰਾ ਪਹਿਲਵਾਨ ਲੱਗਣਾ ਲੱਗਣਾ ਹਾਂ ਦੂਸਰਾ ਪਹਿਲਵਾਨਾਂ ਦੀ ਦੇਖਿਆ ਹਣਾ ਇੱਕ ਅਲੱਗ ਬਾਡੀ ਲੈਂਗੁਏਜ ਹੁੰਦੀ ਹੈ ਉਹਨਾਂ ਦੇ ਗੱਲ ਕਰਨ ਦਾ ਤਰੀਕਾ ਵੀ ਅਲੱਗ ਹੁੰਦਾ ਉਹ ਮਾਹੌਲ ਨੂੰ ਮੈਂ ਬਹੁਤ ਅਬਜ਼ਰਵ ਕੀਤਾ ਕਿ ਮੈਨੂੰ ਸੀਗਾ ਕਿ ਪਹਿਲਵਾਨੀ ਦਾ ਮੈਂ 100% 3 ਮਹੀਨਿਆਂ ਚ ਕਿੰਨੀ ਕੀ ਸਿੱਖ ਸਕਦਾ ਸ਼ਾਇਦ 5% ਸਿੱਖ ਚੁੱਕਿਆ ਹਾਂਗਾ ਜਿਨ੍ਹਾਂ ਦੀ ਸਾਰੀ ਉਮਰ ਲੱਗ ਜਾਂਦੀ ਹੈ ਪਹਿਲਵਾਨ ਬਣਨ ਤੇ ਹਨਾ ਬਸ ਮੈਨੂੰ ਆਇ ਸੀਗਾ ਕਿ ਮੈਂ ਉਹ ਕਾਪੀ ਕਰ ਲਾਂ ਜੋ ਕੈਰੈਕਟਰ ਹੈ ਉਹਨਾਂ ਦਾ ਜਿਸ ਤਰ੍ਹਾਂ ਉਹ ਬੈਠਦੇ ਆ ਪੋਰਟਰੇ ਵਧੀਆ ਤਰੀਕੇ ਦੇ ਨਾਲ ਕਰਾ ਤੇ ਉਹ ਕੈਰੈਕਟਰਲੀ ਮੈਂ ਮਤਲਬ ਫਿਰ ਉਹਦੇ ਲਈ ਮੈਂ ਮਤਲਬ ਜਦੋਂ ਬਹੁਤ ਨੇੜੇ ਅਸੀਂ ਚਲੇ ਗਏ ਸ਼ੂਟਿੰਗ ਦੇ 1 ਮਹੀਨਾ ਤੱਕ ਜਿਹੜੇ ਸਾਡੇ ਕੋਚ ਸੀਗੇ ਉਹ ਆਪ ਉਹਨਾਂ ਨੇ ਉਹ ਨੈਸ਼ਨਲ ਪਲੇਅਰ ਨੇ ਉਹ ਫਿਰ ਸਾਡੇ ਨਾਲ ਹੀ ਰਹੇ ਮਤਲਬ ਮੇਰੇ ਨਾਲ ਹੀ ਰਹੇ ਤਾਂ ਮੈਂ ਬਹੁਤ ਨੋਟਿਸ ਕਰਨਾ ਕਿ ਕਿੱਦਾਂ ਬੈਠਦੇ ਆ ਕਿੱਦਾਂ ਗੱਲ ਕਰਦੇ ਆ ਤਾਂ ਉਹ ਐ ਪਹਿਲਵਾਨ ਬਹੁਤ ਆ ਕਿਉਂਕਿ ਉਹਨਾਂ ਦੀ neck ਦੀ ਮੂਵਮੈਂਟ ਥੋੜੀ ਜ਼ਿਆਦਾ ਹੁੰਦੀ ਆ ਤਾਂ ਉਹ ਜਿੰਨੇ ਵੀ ਕੈਰੈਕਟਰਿਸਟਿਕਸ ਮੈਂ ਕਾਪੀ ਕਰ ਸਕਦਾ ਸੀ ਮੈਂ ਉਹ ਕੀਤਾ ਹੂੰ ਹੂੰ ਕੋਈ ਸਪੈਸੀਫਿਕ ਸਕਿੱਲ ਜੋ ਤੁਹਾਨੂੰ ਬਹੁਤ ਔਖੀ ਲੱਗੀ ਹੋਏ ਸਿੱਖਣੀ ਕੁਸ਼ਤੀ ਸਿੱਖਣੀ ਇੰਨੀ ਸੌਖੀ ਨਹੀਂਗੀ ਹਾਂ ਮਤਲਬ ਜਿਹੜੇ ਵੀ ਦਾਓ ਪੇਜ ਸਾਰੇ ਜਿੰਨੇ ਵੀ ਹਾਂ ਜਿੰਨੇ ਵੀ ਦਾ ਮੈਨੂੰ ਬੋਲਣੇ ਨਹੀਂ ਹੁੰਦੇ ਉਹਨਾਂ ਦੇ ਨਾਮ ਅੱਛਾ ਪਰ ਉਹ ਸਾਰੇ ਬਹੁਤ ਔਖੇ ਨੇ ਹਾਂ ਹਾਲਾਂਕਿ ਅਸੀਂ ਬਹੁਤ ਟੈਕਨੀਕਲੀ ਉਹਨਾਂ ਕੀ ਸਿੱਖਿਆ ਕਿ ਜੰਨਾ ਸਾਨੂੰ ਸ਼ੂਟ ਦੇ ਵਿੱਚ ਚਾਹੀਦਾ ਸੀ ਉਹ ਅਸਲੀ ਲੱਗੇ ਪਰ ਸਟਾਰਟ ਹੋਇਆ ਸੀ ਕਿ ਪਹਿਲਵਾਨ ਖੜਦੇ ਕਿੱਦਾਂ ਨੇ ਉਹ ਸਟਾਂਸ ਕੁਸ਼ਤੀ ਦਾ ਮੈਨੂੰ ਉਹ ਸਿੱਖਣ ਤੇ ਹੀ 15 ਦਿਨ ਲੱਗੇ ਸੀਗੇ ਕਿ ਐਗਜ਼ੈਕਟਲੀ ਉਹ ਫਾਰਮ ਚੋਣਾ ਪਰ ਉਹ ਸਾਡੀ ਫਿਲਮ ਚ ਸਭ ਤੋਂ ਜ਼ਿਆਦਾ ਸ਼ੂਟ ਹੋਇਆ ਪਾਰਟ ਹਨ ਹਾਂ ਹਾਂ ਤੇ ਮੈਨੂੰ ਆਈ ਸੀ ਯਾਰ ਮੈਂ ਹੋਰ ਨਹੀਂ ਖੜ ਤਾ ਸਹੀ ਸਕਾ ਤੇ ਪਹਿਲਾਂ ਮੈਂ ਕਹਿ ਤਾ ਚਾ ਚਾਜ ਗਿਆ ਯਾਰ ਮੈਂ ਪਲਵਾਨੀ ਸਿੱਖੂਗਾ ਪਰ ਜਦੋਂ ਸਿੱਖਣ ਲੱਗਿਆ ਉਦੋਂ ਮੈਨੂੰ ਲੱਗਦਾ ਯਾਰ ਮੈਂ ਪੰਗਾ ਲੈ ਲਿਆ ਪਰ ਫਿਰ ਹੌਲੀ ਹੌਲੀ ਜਿਵੇਂ ਤੁਹਾਡੀ ਬਾਡੀ ਨੂੰ ਆਦਤ ਪੈ ਜਾਂਦੀ ਆ ਤੁਸੀਂ ਮਹੀਨਾ ਡੇਢ ਮਹੀਨਾ 2 ਮਹੀਨੇ ਫਿਰ ਜਦੋਂ 2 ਕੁ ਮਹੀਨੇ ਲੰਘ ਗਏ ਫਿਰ ਮੈਨੂੰ ਸਮਝ ਜੀ ਆਉਣ ਲੱਗ ਗਈ ਫਿਰ ਮੈਨੂੰ ਆਇਆ ਕਿ ਯਾਰ ਹਾਂ ਹੁਣ ਮੈਂ ਕਰ ਲਊਗਾ ਜਦੋਂ ਅਸੀਂ ਸੈੱਟ ਤੇ ਗਏ ਤਤ ਤੱਕ ਮੈਂ ਬਹੁਤ ਕੌਨਫੀਡੈਂਟ ਸੀ ਕਿ ਯਾਰ ਹਾਂ ਮੈਨੂੰ ਜਿੰਨਾ ਸ਼ੂਟ ਕਰਨਾ ਮੈਨੂੰ ਆਉਂਦਾ ਬਟ ਨਹੀਂ ਅਸੀਂ ਟ੍ਰੇਲਰ ਵੀ ਦੇਖਿਆ ਤੁਸੀਂ ਬਹੁਤ ਵਧੀਆ ਕੀਤਾ ਲੱਗ ਰਿਹਾ ਹੈ ਕਿ ਹਾਂ ਇੱਕ ਪਹਿਲਵਾਨ ਹੈਗਾ ਹੈ ਕਿ ਤੁਸੀਂ ਉਹ ਪੋਰਟਰੇ ਕਰ ਰਹੇ ਹੋ ਸਕਰੀਨ ਤੇ ਥੈਂਕ ਯੂ ਤੇ ਹੁਣ ਤੱਕ ਤੁਹਾਡੀ ਜਿਹੜੀ ਇਮੇਜ ਸੀ ਉਹ ਹਿਊਜ ਜੇ ਲਵਰ ਬாய் ਵਾਲੀ ਸੀ ਹੈਨਾ ਤੁਸੀਂ ਜਿੰਨੀਆਂ ਵੀ ਫਿਲਮਾਂ ਕੀਤੀਆਂ ਨੇ ਤੇ ਖਿਡਾਰੀ ਇੱਕ ਐਕਸ਼ਨ ਫਿਲਮ ਹੈ ਤੁਹਾਨੂੰ ਲੱਗਦਾ ਇਸ ਫਿਲਮ ਤੋਂ ਬਾਅਦ ਉਹ ਜਿਹੜੀ ਇਮੇਜ ਹੈ ਹਿਊਜ ਜੇ ਲਵਰ ਬாய் ਵਾਲੀ ਉਹ ਚੇਂਜ ਹੋਊਗੀ ਨਹੀਂ ਉਹ ਨਹੀਂ ਚੇਂਜ ਹੋਏਗੀ ਕਿਉਂਕਿ ਕਿਉਂਕਿ ਇਸ ਫਿਲਮ ਚ ਵੀ ਮੇਰਾ ਉਹ ਕੈਰੈਕਟਰ ਮੈਂ ਛੱਡਿਆ ਨਹੀਂ ਆ। ਨਹੀਂ ਛੱਡਿਆ। ਮਤਲਬ ਜਿੰਨੂੰ ਜਿਸ ਗੁਰਨਾਮ ਨੂੰ ਸ਼ਾਇਦ ਲੋਕ ਦੇਖਣਾ ਚਾਹੁੰਦੇ ਆ ਜਾਂ ਫਿਲਮਾਂ ਚ ਦੇਖਦੇ ਆ। ਮਤਲਬ ਮੈਂ ਜਮਾ ਆਪਣੀ ਲੈਗਸੀ ਤੋਂ ਹਟਿਆ ਨਹੀਂ ਆ। ਹਾਂ ਉਹ ਪਹਿਲਵਾਨ ਹੈ। ਉਹ ਐਕਸ਼ਨ ਕਰ ਰਿਹਾ ਹੈ। ਉਹ ਤੁਹਾਨੂੰ ਬੜਾ ਜੈਲ ਕਰਦਾ ਲੱਗੂਗਾ ਪਰ ਕੁਝ ਇੱਕ ਚੀਜ਼ਾਂ ਹੁੰਦੀਆਂ ਜਿਹੜੀਆਂ ਤੁਹਾਡੀ ਆਡੀਅנס ਤੁਹਾਡੇ ਫੋਰਟੀ ਹੁੰਦੀ ਹੈ ਮੈਨੂੰ ਲੱਗਦਾ। ਹਾਂ ਮੈਂ ਉਹ ਨਹੀਂ ਛੱਡਿਆ ਔਰ ਉਹ ਕੈਰੈਕਟਰ ਵੀ ਇਸ ਤਰ੍ਹਾਂ ਦਾ ਹੀ ਹੈ ਤੁਹਾਨੂੰ ਪਿਆਰ ਆਏਗਾ। ਓਕੇ। ਇਸ ਪਲਵਾਨ ਤੇ ਵੀ ਪਿਆਰ ਆਏਗਾ ਉਹਦਾ ਐਕਸ਼ਨ ਵੀ ਤੁਹਾਨੂੰ ਉਹ ਰਵਾਏਗਾ ਕਿ ਐਕਸ਼ਨ ਐਕਚੁਅਲੀ ਕਿਉਂ ਹੋਇਆ ਹਨਾ ਤਾਂ ਪਰ ਹਾਂ ਆਫ ਕੌਰਸ ਇਟਸ ਅ ਡਿਫਰੈਂਟ ਜਨਰ ਇਹ ਰੋਮਾਂਟਿਕ ਫਿਲਮਾਂ ਤੋਂ ਅਲੱਗ ਫਿਲਮਾਂ ਕੁਝ ਮੈਨੂੰ ਸੀਗਾ ਕਿ ਹਾਂ ਕੋਈ ਵੀ ਆਰਟਿਸਟ ਆ ਉਹਦੇ ਲਈ ਬੜਾ ਜ਼ਰੂਰੀ ਹੈ ਕਿ ਉਹਦੀ ਕੋਈ ਇੱਕ ਪਾਰਟਿਕੂਲਰ ਸੈਟਿੰਗ ਵਿੱਚ ਫਿਕਸ ਨਾ ਹੋਵੇ ਮੈਨੂੰ ਲੱਗਦਾ ਹੈ ਕਿ ਹਰ ਤਰ੍ਹਾਂ ਦਾ ਜਨਰ ਟਰਾਈ ਕਰਨਾ ਚਾਹੀਦਾ ਹੈ ਅਲੱਗ-ਅਲੱਗ ਫਿਲਮਾਂ ਹੋਣੀਆਂ ਚਾਹੀਦੀਆਂ ਫਿਲਮ ਫਿਲਮ ਮੇਕਿੰਗ ਇਜ਼ ਐਨ ਐਕਸਪੈਰੀਮੈਂਟ ਤੇ ਫਿਰ ਤੁਸੀਂ ਜੈ ਐਕਸਪੈਰੀਮੈਂਟ ਹੀ ਨਹੀਂ ਕਰ ਰਹੇ ਮਤਲਬ ਵੀ ਅੱਛਾ ਹੀ ਚੱਲਦਾ ਆਈ ਕਰ ਲੋ ਠੀਕ ਹੈ ਹਰ ਬੰਦਾ ਬਿਜ਼ਨਸ ਦੇਖਦਾ ਹੈ ਪਰ ਮੈਨੂੰ ਇਹ ਵੀ ਹੁੰਦਾ ਹੈ ਕਿ ਯਾਰ ਕੁਛ ਨਵਾਂ ਵੀ ਕੀਤਾ ਜਾਵੇ ਨਵਾਂ ਆਉਣਾ ਚਾਹੀਦਾ ਹਾਂ ਤੁਸੀਂ ਗੱਲ ਕੀਤੀ ਕੁਛ ਨਵਾਂ ਆਉਣਾ ਚਾਹੀਦਾ ਹੈ ਕੁਛ ਨਵਾਂ ਕੀਤਾ ਜਾਏ ਤੇ ਸਾਡੀ ਆਡੀਅנס ਜਿੱਥੇ ਇੱਕ ਪਾਸੇ ਮਨੀ ਹਾਈਸ ਤੇ ਸਕਵਿਡ ਗੇਮ ਵਰਗੇ ਸੀਜ਼ਨ ਦੇਖਦੀ ਹੈ ਹਨਾ ਤੇ ਜੇ ਪੰਜਾਬ ਦੇ ਵਿੱਚ ਕੋਈ ਨਿਆ ਕਨਸੈਪਟ ਲੈ ਕੇ ਆਂਦਾ ਹੈ ਕੋਈ ਵੀ ਪ੍ਰੋਡਿਊਸਰ ਹੈ ਡਾਇਰੈਕਟਰ ਉਹ ਐਕਸੈਪਟ ਕਿਉਂ ਨਹੀਂ ਕਰਦੇ ਮੈਨੂੰ ਆ ਲੱਗਦਾ ਕਿ ਯਾਰ ਅੱਜ ਅਸੀਂ ਉਹੋ ਜੀ ਫਿਲਮ ਬਣਾ ਹੀ ਨਹੀਂ ਪਾਏ ਹੂੰ ਕੋਈ ਮੈਨੂੰ ਇੱਕ ਵੀ ਫਿਲਮ ਐਸੀ ਨਹੀਂ ਲੱਗਦੀ ਕਿ ਯਾਰ ਜਿਹੜੀ ਬੜੀ ਡਿਜ਼ਰਵਿੰਗ ਸੀ ਤੇ ਚੱਲੀ ਨਹੀਂ ਹਾਲਾਂਕਿ ਕਈ ਨਾਨ ਡਿਜ਼ਰਵਿੰਗ ਫਿਲਮਾਂ ਜਾਂ ਐਵਰੀ ਡਿਜ਼ਰਵਿੰਗ ਫਿਲਮਾਂ ਨੂੰ ਬਹੁਤ ਵੱਡਾ ਬਿਜ਼ਨਸ ਦਿੱਤਾ ਹੈ ਮਤਲਬ ਮਤਲਬ ਪੰਜਾਬ ਚ ਕਪੈਸਿਟੀ ਜ਼ਿਆਦਾ ਹੈ ਜ਼ਿਆਦਾ ਹੈ ਹੂੰ ਫਿਲਮਾਂ ਦੇਖਣ ਦੀ ਪਰ ਹਾਂ ਅਸੀਂ ਨਹੀਂ ਡਿਲੀਵਰ ਕਰ ਪਾਏ ਸਾਡੇ ਚ ਕਮੀਆਂ ਹੈਗੀਆਂ ਮੈਂ ਆਪਣੀਆਂ ਮਤਲਬ ਮੈਂ ਕਿਸੇ ਦੀ ਫਿਲਮ ਨੂੰ ਤਾਂ ਚਲੋ ਮੈਂ ਕਿਉਂ ਅਪਟਾਊਨ ਕਰੂੰਗਾ ਪਰ ਹਾਂ ਮੈਨੂੰ ਮੇਰੀਆਂ ਫਿਲਮਾਂ ਚ ਹੀ ਲੱਗਦਾ ਕਿ ਯਾਰ ਜਿੱਥੇ ਅਸੀਂ ਸਾਡਾ ਕੰਪੀਟੀਸ਼ਨ ਤੁਸੀਂ ਕਹਾਂ ਕਿ ਮਨੀ ਹਾਇਰ ਜਸ ਕੁਇਡ ਗੇਮਸ ਯਾ ਕੇਜੀਐਫ ਯਾ ਸਲਾਰ ਜਾਂ ਇੰਨੀਆਂ ਵੱਡੀਆਂ ਫਿਲਮਾਂ ਨਾਲ ਉਹੀ ਥੀਏਟਰ ਨੇ ਜਿੱਥੇ ਉਹ ਫਿਲਮਾਂ ਲਾਦਿਆ ਉਹੀ ਥੀਏਟਰ ਜਿੱਥੇ ਸਾਡੀਆਂ ਫਿਲਮਾਂ ਲੱਗਦੀਆਂ ਸਾਡਾ ਕੰਪੀਟੀਸ਼ਨ ਤਾਂ ਉਹ ਹੈ ਹੀ ਹਾਂ ਸਾਨੂੰ ਸਾਡੇ ਕੋਲ ਉਹ ਟੈਕਨੀਸ਼ੀਅਨਸ ਸ਼ਾਇਦ ਟੈਕਨੀਸ਼ੀਅਨ ਨਾਲੋਂ ਮੈਂ ਵਰਡ ਯੂਜ਼ ਕਰੂੰਗਾ ਵਿਜ਼ਨ ਵਿਜ਼ਨ ਬਹੁਤ ਜ਼ਰੂਰੀ ਹੈ ਉਹ ਵਿਜ਼ਨ ਜਿਹੜਾ ਵਿਜ਼ਨ ਵੀ ਤੇ ਆਈ ਥਿੰਕ ਬਜਟ ਵੀ ਡੋਨਟ ਯੂ ਥਿੰਕ ਬਜਟ ਨਾਲ ਫਿਲਮ ਬੱਡੀ ਨਹੀਂ ਬਣਦੀ ਹਾਂ ਬਜਟ ਇਜ਼ ਅ ਨੈਸੈਸਿਟੀ ਆਫ ਫਿਲਮ ਮੇਕਿੰਗ ਬਟ ਇਟਸ ਨੋਟ ਅਬਾਊਟ ਆਬਾਊਟ ਓਨਲੀ ਬਜਟ ਕਈ ਵਾਰੀ ਜਿਵੇਂ ਕੰਤਾਰਾ ਜਾਂ ਹੋਰ ਕਈ ਫਿਲਮਾਂ ਨੇ ਜਿਹੜੀਆਂ ਇੱਕ ਐਵਰੇਜ ਬਜਟ ਚ 10-11 ਕਰੋੜ ਚ ਬਹੁਤ ਵੱਡੀਆਂ ਫਿਲਮਾਂ 2-200 ਕਰੋੜ ਹਿੱਟ ਕੀਤੀਆਂ ਸੋ ਹਮੇਸ਼ਾ ਆਈ ਥਿੰਕ ਕਿ ਐਕਸਕਿਊਜ਼ ਸ਼ੁੱਡ ਨੋਟ ਬੀ ਓਨਲੀ ਦ ਬਜਟ ਹੋਰ ਵੀ ਬਹੁਤ ਪ੍ਰੋਬਲਮਸ ਹੈਗੀਆਂ ਨੇ ਤੇ ਮੈਨੂੰ ਇਹ ਲੱਗਦਾ ਕਿ ਸਭ ਤੋਂ ਜਿਹੜੀ ਮੇਨ ਪ੍ਰੋਬਲਮ ਹੈ ਕਿ ਸਾਡੇ ਕੋਲ ਉਹੋ ਜੇ ਟੈਕਨੀਸ਼ੀਅਨ ਪੰਜਾਬ ਚ ਅਵੇਲੇਬਲ ਨਹੀਂ ਹੁੰਦੇ ਸਾਡੇ ਕੋਲ ਅੱਜ ਜੇ ਅਸੀਂ VFX ਦੀ ਕੋਈ ਫਿਲਮ ਬਣਾਉਣਾ ਜਾਈਏ ਤਾਂ ਸਾਨੂੰ ਪਹਿਲਾਂ ਤਾਂ ਇਹ ਦੇਖਣਾ ਪੈਂਦਾ ਯਾਰ ਇਹਦਾ VFX ਅੱਛਾ ਬੰਬੇ ਤੋਂ ਪਲਾਨ ਕਰਾਉਣਾ ਪਊਗਾ ਅੱਛਾ ਫਿਰ ਬੰਬੇ ਵਾਲੇ ਜਿਹੜੇ ਲੋਕ ਨੈਸ਼ਨਲ ਸਿਨੇਮਾ 'ਚ ਕੰਮ ਕਰਦੇ ਨੇ ਉਹ ਤਾਂ ਸਾਡੇ ਬਜਟ ਤੋਂ ਹੀ ਬਾਹਰ ਨੇ ਤੇ ਅਸੀਂ ਸਿਰਫ ਨਾਮ ਦਾ ਹੀ ਬੰਬੇ ਕੰਮ ਕਰਾਉਨੇ ਆ ਕੰਮ ਉੱਥੇ ਵੀ ਅਸੀਂ ਉਹਨਾਂ ਲੋਕਾਂ ਤੋਂ ਹੀ ਕਰਾਉਨੇ ਆ ਜਿਹੜੇ ਦੇ ਆਰ ਡੂਇੰਗ ਓਨਲੀ ਰੀਜਨਲ ਸਟੱਫ ਐਗਜੈਕਟਲੀ ਤੇ ਮੈਨੂੰ ਇਹ ਲੱਗਦਾ ਕਿ ਯਾਰ ਸਾਡੇ ਇੱਥੇ ਜਦ ਤੱਕ ਵੱਡੇ ਟੈਕਨੀਸ਼ੀਅਨਸ ਸਾਡੇ ਆਪਣੇ ਪੰਜਾਬੀ ਮੁੰਡੇ ਵੀ ਐਫਐਕਸ 'ਚ ਨਹੀਂ ਆਉਂਦੇ ਕੈਮਰਾ 'ਚ ਨਹੀਂ ਆਉਂਦੇ ਜਾਂ ਹਰ ਡਿਪਾਰਟਮੈਂਟ 'ਚ ਨਹੀਂ ਆਉਂਦੇ ਤਦ ਤੱਕ ਮਤਲਬ ਫਿਲਮ ਇਜ਼ ਅ ਟੀਮ ਵਰਕ ਐਗਜੈਕਟਲੀ ਇਟ ਇਟ ਨਾਟ ਮਤਲਬ ਇਟਸ ਨਾਟ ਓਨਲੀ ਅਬਾਊਟ ਐਨ ਐਕਟਰ অর ਐਨ ਡਾਇਰੈਕਟਰ ਮਤਲਬ 200 ਬੰਦੇ ਦੀ ਟੀਮ ਹੁੰਦੀ ਆ ਫਿਰ ਬਣਦੀ ਆ ਫਿਲਮ ਤਾਂ ਸਾਰਿਆਂ ਨੂੰ ਮਤਲਬ ਤੁਸੀਂ ਸਾਥ ਚ ਜਾਓਗੇ ਤਾਂ ਉੱਥੇ ਲਾਈਟਮੈਨ ਨੂੰ ਵੀ ਇੰਨੀ ਸਮਝ ਹੈਗੀ ਹੈ ਬਹੁਤ ਜ਼ਿਆਦਾ ਨਾ ਉਹ ਹੁਣ ਤੁਸੀਂ ਵੀ ਸ਼ੂਟ ਕਰਦੇ ਰਹੇ ਹੋ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਲਾਈਟਿੰਗ ਕਿੰਨਾ ਵੱਡਾ ਫੈਕਟਰ ਹੈ ਸ਼ੂਟਿੰਗ 'ਚ ਕੈਮਰਾ ਟੈਕਨੀਕ ਕਿੰਨਾ ਵੱਡਾ ਫੈਕਟਰ ਹੈ ਕਈ ਵਾਰੀ ਸ਼ਾਟ ਈਜ਼ੀ ਹੁੰਦੇ ਨੇ ਪਰ ਉਹਨਾਂ ਨੂੰ ਸ਼ੂਟ ਇੰਨਾ ਵਧੀਆ ਕਰ ਲਿਆ ਜਾਂਦਾ ਲਾਈਟ ਇੰਨੀ ਵਧੀਆ ਡਿਜ਼ਾਈਨ ਕਰ ਲਈ ਜਾਂਦੀ ਹੈ ਤੇ ਮੈਨੂੰ ਲੱਗਦਾ ਕਿ ਉਹ ਚੀਜ਼ਾਂ ਜਦੋਂ ਹੋਣਗੀਆਂ ਨਾ ਫਿਰ ਹੋਰ ਵਧੀਆ ਹੋ ਸਕਦਾ ਅਜੇ ਅਸੀਂ ਬਸ ਉਹੀ ਫਸੇ ਹੋਇਆ ਕਿ ਬੰਬੇ ਤੋਂ ਬੰਦੇ ਬਲਾਓ ਹੋਤੇ ਫਿਰ ਬਣਾਓ ਹਾਂ ਤੇ ਅਸੀਂ ਅਕਸਰ ਬਾਲੀਵੁੱਡ ਵਿੱਚ ਦੇਖਿਆ ਹੈ ਕਿ ਐਕਟਰਸ ਇੰਨੇ ਜ਼ਿਆਦਾ ਪੈਸ਼ਨੇਟ ਹੁੰਦੇ ਨੇ ਆਪਣੇ ਕਰੈਕਟਰ ਨੂੰ ਲੈ ਕੇ ਹਨਾ ਕਿ ਉਹ ਪੂਰਾ ਬੋਡੀ ਟ੍ਰਾਂਸਫਰਮੇਸ਼ਨ ਕਰਦੇ ਨੇ ਜਿਵੇਂ ਦੰਗਲ ਦੇ ਵਿੱਚ ਕੀਤਾ ਸੀ ਆਮੀਰ ਖਾਨ ਨੇ ਤੇ ਤੁਸੀਂ ਵੀ ਕੀਤਾ ਲੇਖ ਦੇ ਵਿੱਚ ਹਨਾ ਤੇ ਕਿੰਨਾ ਜ਼ਿਆਦਾ ਔਖਾ ਸੀ ਉਹ ਬੋਡੀ ਟ੍ਰਾਂਸਫਰਮੇਸ਼ਨ ਕਰਨਾ ਹਾਂਜੀ ਮੇਰਾ ਬਸ ਇਹੀ ਹੈ ਕਿ ਮੈਂ ਕਿਸੇ 'ਚ ਕਮੀ ਕਰਨਾ ਉਸ ਤੋਂ ਪਹਿਲਾਂ ਮੈਂ ਆਪਣੇ 'ਚ ਕੜਦਾ ਮੈਂ ਕਹਿੰਦਾ ਕਿ ਚਲੋ ਮੈਂ ਮਰਕਲ ਸੌ ਆਕਸਕਿਊਜ਼ ਹੋਣਗੇ ਕਿ ਯਾਰ ਮੇਰੀ ਉਹ ਫਿਲਮ ਚ ਉਹਨੇ ਆਇ ਨਹੀਂ ਕੀਤਾ ਉਹਨੇ ਆਇ ਨਹੀਂ ਕੀਤਾ ਪਰ ਮੈਂ ਇੱਕ ਚੀਜ਼ ਦੇਖਦਾ ਕਿ ਯਾਰ ਮੇਰੀ ਫਿਲਮ ਰਿਲੀਜ਼ ਹੋਣ ਤੋਂ ਬਾਅਦ ਮੈਨੂੰ ਆਪਣੇ ਚ ਕਮੀ ਨਾ ਲੱਗੇ ਮਤਲਬ ਮੈਨੂੰ ਐ ਲੱਗੇ ਕਿ ਯਾਰ ਗੁਰਨਾਮ ਨੇ ਸਹੀ ਕੀਤਾ ਸਭ ਹੈਨਾ ਤਾਂ ਹਮੇਸ਼ਾ ਹੁਣ ਤੱਕ ਮੈਂ ਜਿੰਨੀਆਂ ਵੀ ਫਿਲਮਾਂ ਨੇ ਉਹਨਾਂ ਚ ਜੇ ਕਿਤੇ ਕੁਝ ਉੱਪਰ ਥੱਲੇ ਹੋਇਆ ਤਾਂ ਮੇਰੇ ਕੋਲ ਪਹਿਲਾਂ ਤਾਂ ਮੇਰੇ ਚ ਕਮੀਆਂ ਦਿਖਦੀਆਂ ਮੈਨੂੰ ਯਾਰ ਤੂੰ ਉੱਥੇ ਗਲਤ ਕੀਤਾ ਸੋ ਹੁਣ ਮੈਂ ਬਸ ਇਹ ਟਰਾਈ ਕਰਦਾ ਜਿਵੇਂ ਲੇਖ ਚ ਕੀਤਾ ਯਾ ਖਿਡਾਰੀ ਚ ਕੀਤਾ ਕਿਅਰ ਕੱਲ ਨੂੰ ਜਦ ਮੈਂ ਫਿਲਮ ਦੇਖਾਂ ਤਾਂ ਮੈਂ ਐਸਾਈਸਫਾਈਟ ਨਹੀਂ ਹਾਂ ਕਿ ਇਹ ਵੀ ਹੋ ਸਕਦਾ ਸੀ ਜਿਹੜੇ ਇੰਨੇ ਵੱਡੇ ਪਰਦੇ ਦੀ ਮੈਂ ਕਦੀ ਸਿਰਫ ਡ੍ਰੀਮ ਹੀ ਕੀਤਾ ਸੀ ਕਿ ਯਾਰ ਮੈਂ ਕਦੀ ਫਿਲਮਾਂ ਚ ਆਉਂਗਾ ਹੁਣ ਮੈਂ ਉਹ ਫਿਲਮਾਂ ਪ੍ਰੋਡਿਊਸ ਕਰਨ ਲੱਗ ਗਿਆ ਹਾਂ ਜਾਂ ਮੈਂ ਉਹਨਾਂ ਫਿਲਮਾਂ ਦਾ ਪਾਰਟ ਹਾਂ ਉਸ ਇੰਡਸਟਰੀ ਦਾ ਪਾਰਟ ਹਾਂ ਤਾਂ ਕੀ ਮੈਂ ਆਪਣਾ ਫਰਜ਼ ਨਿਭਾ ਰਿਹਾ ਹਾਂ ਸੋ ਬਸ ਇਹ ਕੋਸ਼ਿਸ਼ ਚੱਲਦਾ ਮੈਂ ਤਾਂ ਤੁਸੀਂ ਆਂਦੇ ਹੀ ਪੁੱਛਿਆ ਕਿ ਤੁਸੀਂ ਇੰਨੇ ਪਤਲੇ ਕਿਵੇਂ ਹੋ ਮੈਂ ਉਹ ਵੀ ਪੁੱਛ ਰਹੀ ਕਿ ਤੁਸੀਂ ਉਹ ਟਰਾਂਸਫਰਮੇਸ਼ਨ ਕੀਤਾ ਹੈ ਹਨਾ ਕਿ ਉਹ ਕਿੰਨਾ ਕੋ ਔਖਾ ਸੀ ਕੀ ਕੁਝ ਕੀਤਾ ਤੁਸੀਂ ਲੇਖ ਵਿੱਚ ਉਹ ਲੁੱਕ ਚ ਜਾਣਾ ਬਚਪਨ ਵਾਲੀ ਉਹ ਬਹੁਤ ਔਖਾ ਸੀ ਹਾਂ ਬਚਪਨ ਵਾਲੀ ਹਾਂ ਮੇਰਾ ਜਿਹੜਾ ਲਾਸਟ ਬੱਚ ਵੀ ਮੈਂ ਦੇਖਿਆ ਲਾਸਟ ਜਿਹੜਾ ਸੀਨ ਹੈ ਤੁਸੀਂ ਬਹੁਤ ਹੈਵੀ ਲੱਗ ਰਹੇ ਹੋ ਹਾਂ ਜੀ ਹਾਂ ਜਿਹੜਾ ਲੇਖ ਵਾਲਾ ਸੀਗਾ ਮਤਲਬ ਲਾਸਟ ਮਤਲਬ ਲਾਸਟ ਵਾਲਾ ਮੰਥ ਉਦੋਂ ਮੇਰੀ ਵੀ ਬੱਸ ਹੋ ਗਈ ਸੀ ਡਾਈਟ ਦੇ ਸਿਸਟਮ ਚ ਕੀ ਸਿਰਫ ਪੱਤੇ ਖਾ ਲੋ ਜਾਂ ਸਿਰਫ ਪਾਣੀ ਪੀ ਲੋ ਜਾਂ ਥੋੜਾ ਜਿਹਾ ਪ੍ਰੋਟੀਨ ਫਿਰ ਉਹ ਵੀ ਇੰਟਰਮੀਟੈਂਟ ਫਾਸਟਿੰਗ ਨੂੰ ਬਹੁਤ ਯੂਜ਼ ਕੀਤਾ ਮੈਂ ਉਦੋਂ ਪਰ ਹਾਂ ਉਹਦੇ ਨਾਲ ਮੇਰੇ ਮੇਰੀ ਬਾਡੀ 'ਚ ਵੀ ਬਹੁਤ ਪ੍ਰੋਬਲਮਸ ਆਈਆਂ ਕਿ ਮੇਰਾ ਥਾਇਰੋਇਡ ਇੰਬੈਲੈਂਸ ਹੋ ਗਿਆ ਉਸ ਤੋਂ ਬਾਅਦ ਕਿਉਂਕਿ ਤੁਸੀਂ ਇੱਕਦਮ ਸਰਟਨ ਲੈਵਲ ਤੇ ਇੰਨੇ ਮੋਟੇ ਹੋ ਜਾਂਦੇ ਹੋ ਫਿਰ 6 ਮਹੀਨੇ ਬਾਅਦ ਤੁਸੀਂ ਪਤਲੇ ਹੋਣੇ ਸ਼ੁਰੂ ਹੋਗੇ ਪਰ ਪਿਛਲੇ ਸਾਲ ਮੈਂ ਕੁਝ ਹੋਰ ਸੀ ਅਗਲੇ ਸਾਲ ਕੁਝ ਹੋਰ ਸੀ ਤਾਂ ਬੋਡੀ ਵੀ ਕਹਿੰਦੀ ਹੈ ਕਿ ਕੀ ਹੋ ਰਿਹਾ ਹੈ ਸੋ ਅਖਤ ਬਹੁਤ ਹੈ ਪਰ ਮੇਨਟੇਨ ਕਰਨਾ ਇਜ਼ ਅ ਚੈਲੰਜ ਆਈ ਥਿੰਕ ਫਿਲਮ ਲੀਤਾ ਤੁਸੀਂ ਕੁਝ ਵੀ ਕਰ ਲੈਣਾ ਐਕਸੈਕਟਲੀ ਇਹ ਤਾਂ ਹੈ ਬਟ ਮੋਟ ਕਟ ਲੋਗ ਹੁੰਦੇ ਨੇ ਮੈਨੂੰ ਲੱਗਦਾ ਹੈ ਜੋ ਇੰਨੀ ਜ਼ਿਆਦਾ ਡੈਡੀਕੇਸ਼ਨ ਦੇ ਨਾਲ ਹਨਾ ਇੰਨਾ ਸੀਰੀਅਸ ਲੈਂਦੇ ਨੇ ਕਟ ਮਰ ਚਲੋ ਸਾਰੇ ਕਰਨਗੇ ਹੌਲੀ ਹੌਲੀ ਤੁਸੀਂ ਯੂ ਆਰ ਵਨ ਆਫ ਥੈਮ ਤੇ ਗੁਰਨਾਮ ਤੁਹਾਡੇ ਨਾਲ ਕਦੀ ਇਦਾਂ ਹੋਇਆ ਹੈ ਕਿ ਤੁਸੀਂ ਕੋਈ ਫਿਲਮ ਸ਼ੂਟ ਕਰ ਰਹੇ ਹੋ ਹਨਾ ਤੇ ਤੁਹਾਨੂੰ ਗੱਟ ਫੀਲਿੰਗ ਆ ਗਈ ਹੋਏ ਕਿ ਯਾਰ ਇਹ ਫਿਲਮ ਤਾਂ ਲਾਈਕ ਬਹੁਤ ਵਧੀਆ ਚੱਲੂਗੀ ਹਾਂ ਮੈਨੂੰ ਦੋ ਫਿਲਮਾਂ ਲਈ ਇਹ ਗੱਟ ਫੀਲਿੰਗ ਆਈ ਹੈ ਲੇਖ ਲਈ ਤੇ ਇੱਕ ਮੇਰੀ ਫਿਲਮ ਆ ਰਹੀ ਹੈ ਖਿਡਾਰੀ ਵਾਲੇ ਗੁੱਸਾ ਕਰਨਗੇ ਕਿਸ ਦੇ ਚ ਨਹੀਂ ਬੋਲਦੇ ਪਰ ਕਈ ਵਾਰ ਯਾਰ ਤੁਹਾਡਾ ਰੋਜ਼ ਰੋਜ਼ੀ ਲਈ ਮਨ ਆ ਲੱਗਦਾ ਕਿ ਵਧੀਆ ਇਟਸ ਅ ਵੈਰੀ ਵੈਰੀ ਬਿਊਟੀਫੁਲ ਫਿਲਮ ਕਈ ਵਾਰ ਤੁਹਾਨੂੰ ਆਪਣੋਂ ਤੁਹਾਡਾ ਦਿਲ ਕਹਿ ਰਿਹਾ ਹੁੰਦਾ ਹੈ ਕਿ ਯਾਰ ਜਿਵੇਂ ਰੋਜ਼ ਰੋਜ਼ੀ ਦੇ ਮੈਨੂੰ ਸੀਨ ਆਪ ਯਾਦ ਕਰਕੇ ਆਪ ਹਾਸਾ ਆ ਜਾਂਦਾ ਕਈ ਵਾਰੀ ਕਿ ਕੁਝ ਫਿਲਮਾਂ ਚ ਹੁੰਦਾ ਜਿਵੇਂ ਮੈਂ ਤੁਹਾਨੂੰ ਕਿਹਾ ਨਾ ਕਿ ਅਸੀਂ ਹਰ ਕੰਮ ਨੂੰ ਓਨੀ ਮਿਹਨਤ ਨਾਲ ਹੀ ਕਰਦੇ ਹਾਂ ਸ਼ਾਇਦ ਮੈਂ ਹੁਣ ਤੱਕ ਖੜਾ ਰਹੀ ਉਹ ਫਿਲਮ ਹੈ ਜਿਹਦੇ ਵਿੱਚ ਮੈਂ ਸਭ ਤੋਂ ਜ਼ਿਆਦਾ ਮਿਹਨਤ ਕੀਤੀ ਮੈਂ ਕਿਸੇ ਮਨ ਲੇਖ ਲਈ ਚਲੋ ਮੈਂ ਬੋਡੀ ਟਰਾਂਸਫਾਰਮ ਕੀਤੀ ਪਰ ਮੈਨੂੰ ਐ 4 ਮਹੀਨੇ ਕੁਸ਼ਤੀ ਨਹੀਂ ਸਿੱਖਣੀ ਪਈ ਇਟਸ ਨਾਟ ਅਬਾਊਟ ਓਨਲੀ ਕੁਸ਼ਤੀ ਅਸੀਂ ਜੈਸਲਮੇਰ ਜਿੱਥੇ ਸ਼ੂਟ ਕਰਕੇ ਆਏ ਹਾਂ 55 ਡਿਗਰੀ ਟੈਂਪਰੇਚਰ ਸੀਗਾ ਉੱਥੇ। ਓ ਮਾਈ ਗਾਡ। ਪਰ ਸਾਡੇ ਕੋਲ ਅਸੀਂ ਫੈਂਟਮ ਆਰਡਰ ਕੀਤਾ ਸੀ। ਫੈਂਟਮ ਸਿਰਫ 2 ਦਿਨਾਂ ਲਈ ਸੀ। ਹੂੰ। ਤੇ ਉੱਥੇ ਇਹ ਸਪੇਸ ਹੈ ਹੀ ਨਹੀਂ ਸੀਗੀ ਕਿ ਹੂੰ ਮੈਂ ਲੇਟ ਜਾਵਾਂ ਸੈੱਟ ਤੇ। ਓਕੇ। ਜਾਂ ਮੈਂ ਰੈਸਟ ਕਰ ਲਾਂ ਸੈੱਟ ਤੇ। ਨਾ ਮੇਰੇ ਕੋਲ ਨਾ ਡਾਇਰੈਕਟਰ ਕੋਲ। ਸਾਨੂੰ ਐਂ ਸੀ ਵੀ ਫੈਂਟਮ ਸਿਰਫ 2 ਦਿਨਾਂ ਲਈ ਆ। 2 ਦਿਨਾਂ ਲਈ ਆ। ਇੰਨੇ ਪੈਸੇ ਲੱਗਿਆ, ਇੰਨਾ ਹੀ ਬਜਟ ਆ। ਮਤਲਬ ਅਸੀਂ ਸਵੇਰੇ 6 ਵਜੇ ਤੋਂ ਲੈ ਕੇ ਜਦ ਤੱਕ ਸਨ ਰਿਆਂ ਲਾਸਟ ਸ਼ਾਟ ਤੱਕ ਅਸੀਂ ਉੱਥੇ ਹੀ ਰਹੇ। ਮਾਈ ਗੋਡ ਤਾਂ ਮੈਂ ਕਹਿੰਦਾ ਕਿ ਮਿਹਨਤ ਵਾਲੋ ਆਰਟਿਸਟ ਕਿਸੇ ਫਿਲਮ ਚ ਕਮੀ ਨਹੀਂ ਛੱਡਦਾ ਪਰ ਕਈ ਵਾਰੀ ਹੁੰਦਾ ਹੈ ਬਸ ਤੁਹਾਨੂੰ ਕਈਆਂ ਕਈਆਂ ਆਡੀਅנס ਬਹੁਤ ਅਨਪ੍ਰੇਡਿਕਟੇਬਲ ਹੈ ਮੈਨੂੰ ਲੱਗਦਾ ਹੈ ਹਨਾ ਬਸ ਕਈ ਵਾਰੀ ਸੁਰ ਬੈਠਦਾ ਹੈ ਕਈ ਵਾਰੀ ਨਹੀਂ ਬੈਠਦਾ ਮੈਂ ਸੋਚਦਾ ਕਿ ਬਸ ਵਾਈਬ ਦੀ ਗੱਲ ਹੈ ਇਟਸ 올 ਅਬਾਊਟ ਕਿ ਕਿਸੇ ਵਾਈਬ ਹਾਂ ਕਲਿੱਕ ਹੋ ਜਾਂਦੀ ਹੈ ਸਹੀ ਗੱਲ ਹੈ ਤੁਹਾਡੀ ਫਿਲਮ ਫ फेब्रुवारी ਦੇ ਵਿੱਚ ਰਿਲੀਜ਼ ਹੋ ਰਹੀ ਹੈ ਹਨਾ ਤੇ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਨੇ ਜਿਹੜੀ ਫ फेब्रुवारी ਦੇ ਵਿੱਚ ਆ ਰਹੀਆਂ ਨੇ ਕਿ ਤੁਹਾਨੂੰ ਐਜ਼ ਅ ਆਰਟਿਸਟ ਉਹ ਐਂਗਜ਼ਾਇਟੀ ਹੁੰਦੀ ਆ ਜਦੋਂ ਤੁਹਾਡੀ ਫਿਲਮ ਆਂਦੀ ਆ ਹੋਰ ਫਿਲਮਾਂ ਦੇ ਨਾਲ ਤੁਹਾਡੀ ਫਿਲਮ ਕਲੈਸ਼ ਕਰਦੀ ਆ ਉਹ ਰਹਿੰਦਾ ਤੁਹਾਨੂੰ ਨਹੀਂ ਬਸ ਮੈਂ ਇੱਕ ਹੁੰਦਾ ਨਾ ਕਿ ਹਮੇਸ਼ਾ ਇੱਕ ਇਮੇਜినਰੀ ਵਰਲਡ ਹੁੰਦਾ ਹੈ ਤੁਹਾਡੇ ਦਿਮਾਗ 'ਚ ਤੁਹਾਡੀ ਇੰਡਸਟਰੀ ਨੂੰ ਲੈ ਕੇ ਜਿਵੇਂ ਮੈਂ ਦੇਖਦਾ ਕਿ ਬਾਲੀਵੁੱਡ 'ਚ ਵੀ ਕਲੈਸ਼ਸ ਹੁੰਦੇ ਆ ਪਰ ਮੋਸਟ ਆਫ ਦਾ ਟਾਈਮ ਉਹ ਬਹੁਤ ਪਲਾਨ ਕਰਕੇ ਚੱਲਦੇ ਆ ਕਿ ਫਿਲਮਾਂ ਨੂੰ ਛੇੜਦੇ ਨਹੀਂ ਇੱਕ ਦੂਜੇ ਦੀਆਂ ਫਿਲਮਾਂ ਨੂੰ ਬਹੁਤ ਘੱਟ ਕੀ ਹੁੰਦਾ ਕਿ ਸਾਊਥ ਵਾਲੀ ਫਿਲਮ ਦੇ ਨਾਲ ਬਾਲੀਵੁੱਡ ਦੀ ਕੋਈ ਫਿਲਮ ਕਲੈਸ਼ ਹੋ ਗਈ ਹੋਵੇ ਆਦਰਵਾਇਜ਼ ਹਾਂ ਮੇਰਾ ਇੱਕ ਇਮੇਜినਰੀ ਵਰਲਡ ਜਰੂਰ ਹੈਗਾ ਕਿ ਯਾਰ ਅਸੀਂ ਸਾਰੇ ਮੰਨ ਲਓ ਕਿ ਜਿਹੜੀਆਂ ਫਿਲਮਾਂ ਜਿਵੇਂ ਦੋ ਨੂੰ ਵਾਰਨਿੰਗ ਆ ਰਹੀ ਹੈ ਜਾਂ ਜਿੰਨੀਆਂ ਵੀ ਫਿਲਮ ਆ ਰਹੀਆਂ ਕਿ ਉਹਨਾਂ ਨੇ ਕਿਹੜਾ ਮਿਹਨਤ ਨਹੀਂ ਕੀਤੀ ਹੋਈ ਨਹੀਂ ਹਾਂ ਇਹ ਉਹਨਾਂ ਨੇ ਵੀ ਬਹੁਤ ਜ਼ੋਰ ਲਾਇਆ ਹਾਂ ਹਾਂ ਸਾਡੀਆਂ ਜਦੋਂ ਅਸੀਂ ਇੱਕ ਦੂਜੇ ਦੇ ਅੱਗੜ ਪਿਛੜ ਵੱਜਦੇ ਆ ਤਾਂ ਸਾਰੀਆਂ ਫਿਲਮ ਸਫਾਤਾ ਕਰਦੀਆਂ ਹਾਂ ਕੋਈ ਜ਼ਿਆਦਾ ਕਰਦੀ ਹੈ ਕੋਈ ਘੱਟ ਕਰਦੀ ਹੈ ਪਰ ਇਹ ਹੁਣ ਐ ਹੀ ਹੈ ਕਿ ਮੈਂ ਅਕਸਰ ਕਹਿੰਦਾ ਹਾਂ ਕਿ ਯਾਰ ਜਿਹੜੇ ਵੱਡੇ ਆ ਹਨਾ ਉਹਨਾਂ ਨੂੰ ਆ ਐਂ ਲੱਗਦਾ ਵੀ ਅਸੀਂ ਤਾਂ ਐ ਹੀ ਕਰਾਂਗੇ ਤੇ ਫਿਰ ਮੈਨੂੰ ਇਹ ਲੱਗਦਾ ਕਿ ਯਾਰ ਜੇ ਮਤਲਬ ਆਈ ਇੱਕ ਦੂਜੇ ਨੂੰ ਰੋਕਣ ਨਾਲ ਕੋਈ ਵੱਡਾ ਛੋਟਾ ਹੋ ਜੇ ਜਾਂ ਫਿਲਮਾਂ ਚੱਲਣ ਸੇਫ ਡੇਟਾ ਦੇ ਤਾਂ ਫਿਰ ਸਾਰੇ ਹਾਂ ਪਰ ਜੁਨਿਟੀ ਹੋਣੀ ਇੰਪੋਰਟੈਂਟ ਹੈ ਇਸ ਚੀਜ਼ ਦੇ ਲੈ ਕੇ ਸਪੈਸ਼ਲ ਉਹਦੇ ਨਾਲ ਸਾਰਿਆਂ ਦਾ ਹੀ ਫਾਇਦਾ ਹੈ ਸਾਰਿਆਂ ਦਾ ਫਾਇਦਾ ਇਹ ਉਹ ਹੈ ਕਿ ਮੰਨ ਲਓ ਮੈਨੂੰ ਇਹ ਲੱਗਦਾ ਹੈ ਕਿ ਵਾਰਨਿੰਗ ਦਾ ਟ੍ਰੇਲਰ ਵੀ ਮੈਨੂੰ ਬਹੁਤ ਵਧੀਆ ਲੱਗਿਆ ਮੈਨੂੰ ਇਹ ਲੱਗਦਾ ਹੈ ਕਿ ਹਾਂ ਉਹ ਫਿਲਮ ਨੂੰ ਤਿੰਨ ਹਫ਼ਤੇ ਕਲੀਨ ਮਿਲਦੇ ਤਾਂ ਵਧੀਆ ਸੀ ਸਾਡੀ ਫਿਲਮ ਭਾਵੇਂ ਜ਼ੋਨਰ ਐਕਸ਼ਨ ਹੈ ਪਰ ਇਹਦਾ ਇੱਕ ਰੰਗ ਅਲੱਗ ਹੈ ਇਹ ਯੂਨੀਵਰਸਿਟੀ ਦੀ ਫਿਲਮ ਹੈ ਮੁੰਡਿਆਂ ਦੀ ਫਿਲਮ ਹੈ ਇਹਦੇ ਚ ਪਰਿਵਾਰਕ ਐਕਸ਼ਨ ਹੈ ਭਰਾਵਾਂ ਦੀ ਗੱਲ ਹੈ ਇਹਨੂੰ ਵੀ ਜੇ ਕਲੀਨ ਦੋਕ ਹਫਤੇ ਮਿਲ ਜਾਣ ਹਨਾ ਤਾਂ ਮੈਨੂੰ ਲੱਗਦਾ ਕਿ ਇਹ ਫਿਲਮ ਹੋਰ ਜ਼ਿਆਦਾ ਵਧੀਆ ਹੋ ਸਕਦੀ ਹੈ ਪਰ ਹਾਂ ਸਾਡੇ ਉਹ ਹੈ ਨਹੀਂ ਸਿਸਟਮ ਪਰ ਠੀਕ ਹੈ ਇਨਸ਼ਾਅੱਲਾ ਦਿਸ ਇਜ਼ ਦਿਸ ਇਜ਼ ਦ ਬਿਜ਼ਨਸ ਬਿਜ਼ਨਸ ਐਗਜ਼ੈਕਟਲੀ ਮੈਨੂੰ ਐਂਗਜ਼ਾਇਟੀ ਨਹੀਂ ਹੁੰਦੀ ਇਸ ਨਹੀਂ ਹੁੰਦੀ ਗੁਰਨਾਮ ਇੱਕ ਨਾ ਦੌਰ ਸੀ ਹਨਾ ਜਦੋਂ ਟੀਵੀ ਚੈਨਲ ਤੇ ਜਿਹੜੇ ਲੇਬਲ ਹੁੰਦੇ ਸੀ ਜਾਂ ਸਿੰਗਰ ਜਾਂ ਪ੍ਰੋਡਿਊਸਰ ਉਹ ਪੈਸੇ ਦੇ ਕੇ ਹਨਾ ਸੌਂਗਸ ਚਲਾਉਂਦੇ ਸੀ ਤੇ ਸਮ ਟਾਈਮਸ ਹੁੰਦਾ ਸੀ ਚੈਨਲ ਵਾਲੇ ਵੀਡੀਓ ਰਿਜੈਕਟ ਕਰ ਦਿੰਦੇ ਸੀ ਤੁਹਾਡੇ ਨਾਲ ਹੋਇਆ ਏਦਾਂ ਕਦੇ ਨਹੀਂ ਆਈ ਥਿੰਕ ਮੇਰੀ ਕੋਈ ਵੀਡੀਓ ਰਿਜੈਕਟਰੀ ਮੇਜਾ ਜੇ ਜਿਹੜਾ ਮੇਰਾ ਪਹਿਲਾ ਗਾਣਾ ਆਇਆ ਸੀ ਨਾ ਹੀਰ ਜੀਆਂ ਕੁੜੀਆਂ ਉਹ ਅਸੀਂ ਨਾ ਮਾਰਕ 3 ਇੱਕ ਕੈਮਰਾ ਹੁੰਦਾ ਸੀ ਜਿਹੜੇ ਮੋਸਟਲੀ ਨਾ ਵੈਡਿੰਗ ਸ਼ੂਟ ਵਾਲੇ ਰੱਖਦੇ ਹੁੰਦੇ ਸੀ ਹਾਂ ਯੂਜ਼ ਕਰਦੇ ਸੀ ਤੇ ਅਸੀਂ ਨਾ ਸਾਰੇ ਦੋਸਤ ਜਦੋਂ ਮੈਂ ਇੱਥੇ ਆਇਆ ਮੇਰੇ ਆਪਣੇ ਮੇਰੇ ਨਾਲ ਕੋਈ ਸਾਡੇ ਰਿਲੇਟਿਵ ਸੀ ਕੋਈ ਦੋਸਤ ਸੀ ਅਸੀਂ ਸਾਰੇ ਰਲ ਮਿਲ ਕੇ ਨਾ 30000 ਚ ਮਾਰਥਰੀ ਲਿਆ ਰੈਂਟ ਤੇ ਤੇ ਵੀਡੀਓ ਬਣਾਈ ਸਾਨੂੰ ਨਹੀਂ ਸੀ ਲੱਗਦਾ ਵੀ ਵੀਡੀਓ ਕੋਈ ਚੈਨਲ ਚਲਾਊਗਾ ਵੀ ਹਾਂ ਪਰ ਉਹ ਸਾਰੇ ਚੈਨਲਾਂ ਨੇ ਚਲਾਈ ਤਸ਼ਨ ਨੇ ਵੀ ਤਸ਼ਨ 9x ਤਸ਼ਨ 9x ਵਾਸ ਅ బిਗੇਸਟ ਸਪੌਟ ਆਫ 뮤직 ਤੇ ਉੱਥੇ ਵੀ ਉਹ ਗਾਣੇ ਨੂੰ ਬੜੇ ਰੈਪ ਮਿਲੇ ਹਨਾ ਉਹ ਸੀਗਾ ਕਿ ਹਨਾ ਅਨ ਐਕਸਪੈਕਟਿਡ ਉਹ ਹੋਇਆ ਮੇਰੇ ਨਾਲ ਪਰ ਐਂ ਨਹੀਂ ਕਦੀ ਹੋਇਆ ਕਿ ਕੋਈ ਗਾਣਾ ਰਿਜੈਕਟ ਹੋਇਆ ਹੋਵੇ ਓਕੇ ਪਰ ਆ ਇਦਾਂ ਹੁੰਦਾ ਸੀ ਮੈਂ ਅੱਗੇ ਗੱਲ ਕਰਦਾ ਹੁੰਦਾ ਕਿ ਟੀਵੀ ਐਡਾ ਵੱਡਾ ਸੀ ਹਾਂ ਕਿ ਟੀਵੀ ਵਾਲੇ ਮਤਲਬ ਲੋਕਾਂ ਕੋਲ ਪੈਸੇ ਪੈਸੇ ਲੈ ਕੇ ਬੈਠੇ ਹੁੰਦੇ ਸੀ ਲੋਕ ਕਿ ਪਲੀਜ਼ ਸਾਡਾ ਗਾਣਾ ਚਲਾ ਦਿਓ ਚਲਾ ਦਿਓ ਹਾਂ ਤੇ ਬਟ ਸਟਿਲ ਉਹਨਾਂ ਦਾ ਨਖਰਾ ਹੁੰਦਾ ਸੀ ਕਿ ਯਾਰ ਦੇਖ ਤੁਹਾਨੂੰ ਉਹ ਟਾਈਮ ਜ਼ਿਆਦਾ ਵਧੀਆ ਲੱਗਦਾ ਸੀ ਕਿ ਹੁਣ ਨਹੀਂ ਟਾਈਮ ਆਫ 100% ਹਾ ਵਾਲਾ ਵਧੀਆ ਹਾਂ ਅੱਜ ਤੁਸੀਂ ਸਾਰੇ ਮਤਲਬ ਉਹਦੋਂ ਤੱਕ ਆ ਰਹੀ ਸੀਗਾ ਕਿ ਕੋਈ ਕੰਪਨੀ ਲੈ ਲੇ ਜਾਂ ਸਾਨੂੰ ਕਿਸੇ ਦੇ ਨਾਲ ਉਹਵੇਂ ਫਲਾਈ ਨਹੀਂ ਸੀ ਕਰ ਪਾਏ ਸ਼ਾਇਦ ਸਾਡੀ ਜਿਹੜੀ ਜਨਰੇਸ਼ਨ ਹੁਣ ਤਾਂ ਆਪਣਾ ਲੇਬਲ ਆਪਣੇ YouTube ਚੈਨਲ ਨਾਲ ਹਾਂਜੀ ਹੁਣ ਹੁਣ ਟੈਲੈਂਟ ਇਜ਼ੀਲੀ ਐਕ세ਸਿਬਲ ਹੈ ਮੈਨੂੰ ਲੱਗਦਾ ਐਕ세ਸਿਬਲ ਹੈ ਪਰ ਉਹਨੇ ਇਹ ਵੀ ਕਰਤਾ ਕਿ ਹਾਂ ਕਦਰ ਵੀ ਘਟ ਗਈ ਸ਼ਾਇਦ ਹੂੰ ਪਹਿਲਾਂ ਸੀਨੀਅਰਸ ਦੀ ਕਦਰ ਕਰਦੇ ਸੀ ਸਾਰੇ 뮤ਜ਼ਿਕ ਡਾਇਰੈਕਟਰਾਂ ਦੀ ਕਦਰ ਕਰਦੇ ਸੀ ਵੀਡੀਓ ਡਾਇਰੈਕਟਰਸ ਦੀ ਗਦਰ ਕਰਦੇ ਸੀ ਹੁਣ ਮੈਨੂੰ ਲੱਗਦਾ ਹੈ ਕਿ ਹੁਣ ਹਰ ਬੰਦਾ ਡਾਇਰੈਕਟਰ ਹੈ ਹਰ ਬੰਦਾ ਮਿਊਜ਼ਿਕ ਪ੍ਰੋਡਿਊਸਰ ਹੈ ਹਰ ਬੰਦਾ ਲੇਬਲ ਓਨਰ ਹੈ ਹੁਣ ਸ਼ਾਇਦ ਕੁਆਲਿਟੀ ਆਫ ਵਰਕ ਘਟ ਰਿਹਾ ਹੈ ਆਈ ਥਿੰਕ ਹਾਂ ਹਾਂ ਅਮਾਉਂਟ ਆਫ ਵਰਕ ਤੋਂ ਕੁਆਲਿਟੀ ਦਾ ਬਹੁਤ ਆ ਰਹੀ ਹੈ ਕੁਆਲਿਟੀ ਬਹੁਤ ਹੈ ਪਰ ਗਿਣ ਚੁਣ ਗਿਣ ਚੁਣ ਕੇ ਤੁਸੀਂ ਸਾਲ ਚ ਫਿਲਮਾਂ ਦੀ ਵੀ ਗੱਲ ਕਰੀਏ ਜਾਂ ਗਾਣਿਆਂ ਦੀ ਵੀ ਗੱਲ ਕਰੀਏ ਮੈਨੂੰ ਲੱਗਦਾ 10 ਜਾਂ 15 ਹਿੱਟ ਗਾਣੇ ਹੁੰਦੇ ਇੱਕ ਸਾਲ ਚ ਤੇ ਜੇ ਰਿਲੀਜ਼ ਦੀ ਕਾਊਂਟਿੰਗ ਕਰੀਏ ਲੱਖਾਂ ਚ ਗਾਣਾ ਰਿਲੀਜ਼ ਹੁੰਦਾ ਤੇ ਉਹਵੇਂ ਫਿਲਮਾਂ ਸੌਆਂ ਚ ਰਿਲੀਜ਼ ਹੁੰਦੀਆਂ ਪਰ ਸਾਲ ਦੀਆਂ ਦੋ ਜਾਂ ਤਿੰਨ ਵੱਡੀਆਂ ਫਿਲਮਾਂ ਹੂੰ ਤਾਂ ਮਤਲਬ ਕਮੀ ਤਾਂ ਹੈ ਕਿਤੇ ਕਰਾਂਗੇ ਤੇ ਇਹ ਤਾਂ ਹੈ ਤੁਸੀਂ ਆਲਸੋ ਸਿੰਗਰ ਹੁਣ ਤੱਕ 뮤직 ਵੀਡੀਓਜ਼ ਕੀਤੇ ਆ ਹਨਾ ਤੇ ਜਦੋਂ ਤੁਹਾਡੀ ਮੂਵੀ ਦਾ ਪਹਿਲਾ ਸ਼ਾਰਟ ਸੀ ਹਨਾ ਪਹਿਲਾ ਦਿਨ ਪਹਿਲਾ ਸ਼ਾਰਟ ਕੀ ਚੱਲ ਰਿਹਾ ਸੀ ਮਾਈਂਡ ਦੇ ਵਿੱਚ ਮੈਂ ਜਵਾਨ ਨਰਵਸ ਨਹੀਂ ਸੀ ਨਹੀਂ ਸੀ ਇਟ ਵਾਸ ਲਾਈਕ ਐਨ ਅਨਦਰ ਡੇ ਆਫ ਕੋਈ ਐਂਗਜ਼ਾਇਟੀ ਨਹੀਂ ਕੋਈ ਸਟ्रेस ਨਹੀਂ ਕੁਝ ਵੀ ਨਹੀਂ ਮੈਂ ਬੜਾ ਇੰਜੋਏ ਕਰ ਰਿਹਾ ਸੀ ਮੈਂ ਕਿ ਯਾਰ ਵਾਹ ਯਾਰ ਆਪਾਂ ਫਿਲਮਾਂ ਚ ਆ ਗਏ ਯਾਰ ਹਾਂ ਮੈਂ ਬਹੁਤ ਹਾਂ ਸਟ्रेस ਵਾਲਾ ਸਿਸਟਮ ਤਾਂ ਮੈਨੂੰ ਬਾਅਦ ਚ ਪਤਾ ਲੱਗਿਆ ਕਿ ਪਹਿਲਾਂ ਤਾਂ ਪਤਾ ਹੀ ਨਹੀਂ ਸੀ ਕੋਈ ਓਪਨਿੰਗ ਵਾਲਾ ਕੋਈ ਮੈਟਰ ਹੁੰਦਾ ਹੈ ਉਹ ਤਾਂ ਸਿਰਫ ਆਇਆ ਸੀ ਵੀ ਫਿਲਮ ਮਿਲ ਗਈ ਫਿਲਮ ਮਿਲਣਾ ਫਿਲਮ ਦੇ ਸੈੱਟ ਤੇ ਜਾਣਾ ਹੀ ਅਚੀਵਮੈਂਟ ਸੀ ਕਿ ਯਾਰ ਮੈਨੂੰ ਫਿਲਮ ਮਿਲ ਗਈ ਇਹ ਵਾਲੀ ਜਿਹੜੀ ਜਿਹਨੂੰ ਕਹਿੰਦੇ ਆ ਦਿਮਾਗ 'ਚ ਵਾਇਰਸ ਤਾਂ ਬਾਅਦ 'ਚ ਪਏ ਆ ਨਾ ਕਿ ਫਰਾਈਡੇ 'ਚ ਕੀ ਹੁੰਦਾ ਹੈ ਫਿਰ ਅਗਲੇ ਸੈਟਰਡੇ ਤੁਸੀਂ ਵੱਡੇ ਸਟਾਰ ਹੋਵੋਗੇ ਤੁਸੀਂ ਉਸ ਕੁਰਸੀ ਦਾ ਥੱਲੇ ਡਿੱਗ ਗਏ ਜਾਂ ਉੱਤੇ ਖੜੇ ਹੋ ਵੀ ਇਹ ਫਰਾਈਡੇ ਡਿਸਾਈਡ ਕਰਦਾ ਫਰਾਈ ਮੈਨੂੰ ਗੁੱਡੀਆਂ ਬਟੋਲੇ ਦੀ ਓਪਨਿੰਗ ਦਾ ਕੁਝ ਨਹੀਂ ਸੀ ਪਤਾ ਮੈਨੂੰ ਸਾਰਿਆਂ ਨੇ ਕਿਹਾ ਯਾਰ ਵੀ ਵਨ ਆਫ ਦਾ ਹਾਈਐਸਟ ਓਪਨਿੰਗ ਹੈ ਕਿਸੇ ਡੈਬਿਊਟੈਂਟਲੀ ਤਾਂ ਮੈਂ ਕਿਹਾ ਅੱਛਾ ਯਾਰ ਮੈਨੂੰ ਪਤਾ ਨਹੀਂ ਸੀਗਾ ਕਿ ਬੜੀ ਬੜੀ ਵਧੀਆ ਓਪਨਿੰਗ ਲੱਗੀ ਬਾਤ ਚ ਵਧੀਆ ਲੱਗਿਆ ਅੱਛਾ ਉਹ ਨਹੀਂ ਵਾਲਾ ਚੱਕਰ ਵੀ ਹੈ ਰੋਟ ਟਾਈਮ ਵੀ ਵਧੀਆ ਸੀ ਜਦੋਂ ਘੱਟ ਨੌਲੇਜ ਹੁੰਦੀ ਸੀ ਜ਼ਿਆਦਾ ਸਟ੍ਰੈਸ ਨਹੀਂ ਹੁੰਦਾ ਸੀ ਮੈਨੂੰ ਲੱਗਦਾ ਵਧੀਆ ਹੀ ਹੈ ਜੀ ਉਹ ਹਾਂ ਐਵੇਂ ਹੀ ਮਤਲਬ ਕਈ ਵਾਰੀ ਨਾ ਕਈ ਸਟ੍ਰੈਸ ਹੈ ਇੱਕ ਦੂਜੇ ਨੂੰ ਅਸੀਂ ਆ ਹੀ ਦਿੱਤੇ ਹੋਏ ਆ ਹਾਂ ਆਰਟਿਸਟ ਦਾ ਆਰਟਿਸਟ ਦੇ ਹੱਥ ਹੈ ਹੀ ਨਹੀਂ ਬਿਜ਼ਨਸ ਬਾਕਸ ਆਫਿਸ ਆਰਟਿਸਟ ਦੇ ਹੱਥ ਨਹੀਂ ਆ ਇਹ ਇੱਕ ਐਕਟਰ ਦੇ ਹੱਥ ਇੰਨਾ ਹੀ ਹੈ ਕਿ ਯਾਰ ਉਹ ਸੈੱਟ ਤੇ ਟਾਈਮ ਤੇ ਜਾਵੇ ਤੇ ਆਪਣਾ ਬੈਸਟ ਦੇ ਤੇ ਅਗਲੇ ਦਿਨ ਫਿਰ ਜਾਵੇ ਬਸ ਸਾਡੇ ਹੱਥ ਜੇ ਇੱਕ ਕਲਾਕਾਰ ਮਨ ਲੱਗਦਾ ਕੁਝ ਕਰ ਸਕਦਾ ਹੋਵੇ ਨਾ ਓਪਨਿੰਗਲੀ ਤਾਂ ਸਭ ਕੁਝ ਹੀ ਕਰਦੇ ਇਹ ਫੀਲਡ ਦੀ bizness ਵਾਲੇ ਲੋਕਾਂ ਦਾ ਮਾਰਕੀਟਿੰਗ ਵਾਲੇ ਲੋਕਾਂ ਦਾ ਪਰ ਹਾਂ ਕਿਉਂਕਿ ਹੁਣ ਸਾਡੀ ਇੰਡਸਟਰੀ ਚ ਉਹ ਚੀਜ਼ਾਂ ਉਨੀਆਂ ਛੋਟੀਆਂ ਨੇ ਕਿ ਹੁਣ ਇੱਕ ਐਕਟਰ ਨੂੰ ਆਪ ਹੀ ਮਾਰਕੀਟਿੰਗ ਮੈਨੇਜਰ ਵੀ ਬਣਨਾ ਪੈ ਰਿਹਾ ਉਹਨੂੰ ਪ੍ਰੋਡਿਊਸ ਵੀ ਕਰਨਾ ਪੈ ਰਿਹਾ ਤਾਂ ਕਿ ਉਸ ਕਿਉਂਕਿ ਭਾਰ ਸਾਰਾ ਉਹਦੇ ਮੋਢਿਆਂ ਤੇ ਆਹਦੇ ਮੋਢਿਆਂ ਤੇ ਹਾਂ ਤੁਹਾਨੂੰ ਕੀ ਲੱਗਦਾ ਮੈਂ ਇਹ ਤੁਹਾਡਾ ਪਰਸਨਲ opinion ਹੋਏਗਾ ਕਿ ਤੁਹਾਨੂੰ ਕੀ ਲੱਗਦਾ ਇੱਕ ਫਿਲਮ ਹਿੱਟ ਆ ਫਲॉप ਹੋਣ ਦੇ ਪਿੱਛੇ ਕੀ ਕਾਰਨ ਹੁੰਦਾ ਹਰ ਸਾਰੇ ਕਾਰਨ ਹੁੰਦੇ ਆ ਜੀ ਅ ਆਫਕੋਸ ਸਭ ਤੋਂ ਪਹਿਲਾਂ ਤਾਂ ਕਾਰਨ ਇਹ ਹੀ ਹੈ ਕਿ ਸਟਾਰ ਕੌਣ ਹੈ ਤੇ ਉਹਨੇ ਪਰਫਾਰਮੈਂਸ ਦਿੱਤੀ ਹੈ ਕਿਵੇਂ ਦਿੱਤੀ ਹੈ ਮਤਲਬ ਮੇਰੀ ਕੋਈ ਵੀ ਫਿਲਮ ਜੇ ਘੱਟ ਚੱਲੀ ਆ ਜਾਂ ਫਲॉप ਹੈ ਤਾਂ ਉਹਦਾ ਸਭ ਤੋਂ ਵੱਡਾ ਰੀਜ਼ਨ ਮੈਂ ਆਪਣੇ ਆਪ ਨੂੰ ਮੰਨਦਾ ਹਾਂ ਉਸ ਤੋਂ ਬਾਅਦ ਆਉਂਦਾ ਹੈ ਕਿ ਹਾਂ ਡਾਇਰੈਕਸ਼ਨ ਮੇਕਿੰਗ ਉਹ ਫਿਲਮ ਦਾ ਬਜਟ ਉਹ ਫਿਲਮ ਦੀ ਮਾਰਕੀਟਿੰਗ ਮੈਨੂੰ ਲੱਗਦਾ ਇੱਕ ਚੰਗੀ ਮਾਰਕੀਟਿੰਗ ਇੱਕ ਚੰਗੀ ਫਿਲਮ ਨੂੰ ਵੱਡਾ ਕਰਦੀ ਹੈ ਪਰ ਜੇ ਤੁਸੀਂ ਬੁਰੀ ਫਿਲਮ ਦੀ ਚੰਗੀ ਮਾਰਕੀਟਿੰਗ ਕਰਦੇ ਹੋ ਤਾਂ ਫਲॉप ਵੀ ਓਡੀ ਜਲਦੀ ਹੁੰਦੀ ਹੈ ਮਾਰਕੀਟਿੰਗ ਇੱਕ ਅਲੱਗ ਲਾਈਨ ਹੈ ਹਾਂ ਸਕ੍ਰਿਪਟਰ রাইਟਿੰਗ ਤੇ ਡਾਇਰੈਕਟਰ ਤੇ ਬਹੁਤ ਹੀ ਡੈਪੈਂਡ ਕਰਦੇ ਨੇ ਡਾਇਰੈਕਟਰ ਮੈਨੂੰ ਲੱਗਦਾ ਮੇਨ ਹੀਰੋ ਫਿਲਮ ਦਾ ਡਾਇਰੈਕਟਰ ਤਾਂ ਹੀ ਕਹਿੰਦੇ ਕੈਪਟਨ ਆਫ ਦਾ ਸ਼ਿਪ ਡਾਇਰੈਕਟਰ ਹੀ ਹੁੰਦਾ ਹੈ ਨਾ ਡਾਇਰੈਕਟਰ ਨੇ ਹਰ ਡਿਪਾਰਟਮੈਂਟ ਨੂੰ ਸੰਭਾਲਣਾ ਡਾਇਰੈਕਟਰ ਦੇ ਦਿਮਾਗ ਚ ਫਿਲਮ ਕਲੀਅਰ ਹੋਣੀ ਚਾਹੀਦੀ ਹੈ ਗੁਰਨਾਮ ਤੁਸੀਂ ਬਹੁਤ ਹਾਰਡ ਵਰਕ ਕੀਤਾ ਹੈ ਹਨਾ ਤੇ ਤੁਸੀਂ ਹੁਣ ਤੱਕ ਆਪਣੀ ਲਾਈਫ ਦਾ ਲਾਈਫ ਚੇਂਜਿੰਗ ਮੂਮੈਂਟ ਕਿਨੂੰ ਮੰਨਦੇ ਹੋ ਕਿ ਇਹ ਇਹ ਸੀ ਜਿਹਨੇ ਮੇਰੀ ਲਾਈਫ ਚੇਂਜ ਕਰਤੀ ਉਹ ਤਾਂ ਯਾਰ 100% ਜੇ ਮੈਂ ਅਧਿਆਤਮਿਕ ਵੱਲ ਕਹਾਂ ਤਾਂ ਜਦੋਂ ਮੈਂ ਛੋਟਾ ਸੀ ਤੇ ਸਾਡੇ ਜਿਹੜੀ ਰਾਤ ਸਾਡੇ ਮਹਾਪੁਰਸ਼ਾਂ ਨੇ ਸਾਨੂੰ ਬਚਨ ਦਿੱਤੇ ਹਮ ਪਰ ਜੇ ਪ੍ਰੋਫੈਸ਼ਨਲੀ ਕਹਾਂ ਤਾਂ 100% ਡਾਇਮੰਡ ਕਿ ਉਹ ਗਾਣਾ ਜਿਆਦਾ ਆਇਆ ਹਮ ਤੇ ਮਤਲਬ ਉਹ ਗਾਣੇ ਚ ਜਦੋਂ ਜ ਰਿਲੀਜ਼ ਹੋਣਾ ਸੀ ਨਾ ਕਿਸੇ ਪੰਜਾਬ ਚ ਇੱਕ ਦੋ ਹੀ ਕੰਪਨੀਆਂ ਹੁੰਦੀਆਂ ਸੀ ਜਿਹੜੇ ਗਾਣੇ ਨੂੰ ਮਿਲੀਅਨਸ ਵਿਊਜ਼ ਦਿੰਦੇ ਆ ਜਾਂ ਪ੍ਰਮੋਟ ਕਰਦੇ ਆ ਤਾਂ ਉਦੋਂ ਕਿਸੇ ਹੋਰ ਵੱਡੇ ਆਰਟਿਸਟ ਦਾ ਗਾਣਾ ਵੀ ਆਉਣਾ ਸੀ ਤਾਂ ਉਹ ਜਿਹੜੀ ਮੇਨ ਕੰਪਨੀ ਸੀ ਉਹ ਕਹਿੰਦੇ ਕਿ ਅਸੀਂ ਤੁਹਾਡਾ ਗਾਣਾ ਪ੍ਰਮੋਟ ਨਹੀਂ ਕਰ ਸਕਦੇ ਪਹਿਲਾਂ ਉਹ ਗਾਣਾ ਬਣਿਆ ਨਹੀਂ ਹਾਂ ਬਣਿਆ ਤਾਂ ਉਹਦਾ ਵੀਡੀਓ 6 ਮਹੀਨੇ ਡਿਲੀਵਰੀ ਨਹੀਂ ਹੋਇਆ ਫਿਰ ਜਦੋਂ ਰਿਲੀਜ਼ ਹੋਣ ਤੇ ਆਇਆ ਤਾਂ ਪ੍ਰਮੋਸ਼ਨ ਵਾਲੇ ਨੇ ਕਹਿਤਾ ਵੀ ਭਾਜੀ ਮੈਂ ਐਡ ਨਹੀਂ ਲਾ ਸਕਦਾ ਓਕੇ ਤਾਂ ਫੇਰ ਵੀ ਦੇਖੋ ਗਾਣਾ ਚੱਲ ਗਿਆ ਹਨਾ ਕਿ ਤੁਹਾਨੂੰ ਲੱਗਦਾ ਉਸ ਦਿਨ ਮੈਨੂੰ ਲੱਗਾ ਯਾਰ ਅੱਛਾ ਜਦੋਂ ਇੱਕ ਜਦੋਂ ਉਹਦਾ ਗਾਣੇ ਦਾ ਮਿਕਸ ਹੋ ਕੇ ਆਇਆ ਨਾ ਮਿਕਸਿੰਗ ਕੀਤੀ ਜਨੇ ਉਹ ਗਾਣੇ ਦੀ ਤਾਂ ਮੇਰਾ ਦੋਸਤ ਹੈ ਦਿੱਲੀ ਉਹਨੇ ਮੈਨੂੰ ਫੋਨ ਕੀਤਾ ਭਾਈ ਯਾਰ ਤੁਹਾਡਾ ਗਾਣਾ ਨਾ ਅੱਛਾ ਨਹੀਂ ਸਾਊਂਡ ਕਰ ਰਹਾ ਯਾਰ ਮੈਂ ਕਿਹਾ ਭਾਜੀ ਕੀ ਹੋ ਗਿਆ ਨਹੀਂ ਯਾਰ ਕੀ ਇਨਸਟਰੂਮੈਂਟ ਕੋਈ ਕਾਹ ਬਜ ਰਹਾ ਕੋਈ ਕਾਹ ਕਿਸ ਨੇ ਬਣਾਇਆ ਗਾਣਾ ਮੈਂ ਕਿਹਾ ਯਾਰ ਭਾਜੀ ਇਹ ਟੋਰਾਂਟੋ ਦਾ ਨਵਾਂ ਲੜਕਾ ਹੈ ਬੜਾ ਅੱਛਾ ਕੰਮ ਕਰ ਨਹੀਂ ਯਾਰ ਮੈਨੂੰ ਤਾਂ ਸਮਝ ਨਹੀਂ ਆ ਰਹੀ ਭਾਈ ਇਹ ਗਾਣਾ ਤੁਹਾਡਾ ਸਮਝ ਨਹੀਂ ਆ ਰਹਾ ਮੈਨੂੰ ਮੈਂ ਕਿਆ ਯਾਰ ਮਤਲਬ ਉਹ ਗਾਣੇ ਚ ਹਰ ਚੀਜ਼ ਚ ਪ੍ਰੋਬਲਮ ਸੀ ਹਰ ਚੀਜ਼ ਚ ਪ੍ਰੋਬਲਮ ਰਿਲੀਜ਼ ਨਹੀਂ ਹੋਇਆ ਲੇਟ ਹੋ ਗਿਆ ਉਹਨਾਂ ਨੂੰ 뮤직 ਨਹੀਂ ਹੋਇਆ ਹਨਾ ਮਤਲਬ ਬਹੁਤ ਸਾਰੇ ਮਚ ਸਟਿਲ ਇਟਸ ਅ ਲਾਈਫ ਚੇਂਜਿੰਗ ਮੋਮੈਂਟਸ ਤੁਹਾਡੇ ਲਈ ਹਾਂ ਯਾ ਤੁਸੀਂ ਲਾਈਵ ਸ਼ੋਅਸ ਕਰਦੇ ਹੋ ਹਨਾ ਤੁਸੀਂ ਆਪਣੇ ਲਾਈਵ ਸ਼ੋਅ ਦਾ ਇੱਕ ਵਧੀਆ ਤੇ ਇੱਕ ਬੈਡ ਐਕਸਪੀਰੀਅੰਸ ਦੱਸਣਾ ਕਿਉਂਕਿ ਹਲੇ ਰੀਸੈਂਟਲੀ ਨੇ ਕਲਿੱਪ ਬਹੁਤ ਵਾਇਰਲ ਹੋ ਰਹੀ ਹੈ ਬਿਲਾਲ ਸਈਦ ਦੀ ਦੇਖੀਏ ਤੁਸੀਂ ਹਾਂਜੀ ਦੇਖੀ ਨਾ ਹਾਂ ਮੈਨੂੰ ਲੱਗਦਾ ਹੈ ਜੀ ਅੱਛਾ ਮੈਨੂੰ ਲੱਗਿਆ ਸ਼ਾਇਦ ਉਹ ਫੇਕ ਹੈ ਕੋਈ ਸ਼ੂਟ ਹੋ ਰਿਹਾ ਹੈ ਨਹੀਂ ਨਹੀਂ ਉਹ ਰੀਅਲ ਰੀਅਲ ਕਲਿੱਪ ਹੈ ਤੇ ਮੈਨੂੰ ਲੱਗਦਾ ਜਦੋਂ ਤੁਸੀਂ ਐਜ਼ ਅ ਆਰਟਿਸਟ ਸਟੇਜ ਤੇ ਹੁੰਦੇ ਹੋ ਹਨਾ ਆਲ ਆਈਜ਼ ਓਨ ਯੂ ਵਾਲੀ ਗੱਲ ਹੋ ਜਾਂਦੀ ਹੈ ਹਨਾ ਸਿਰਫ ਆਰਟਿਸਟ ਦਿਖ ਰਿਹਾ ਹੁੰਦਾ ਆਡੀਅנס ਕੀ ਜੈਸਚਰ ਕਰ ਰਹੀ ਹੈ ਉਹ ਕਿਸੇ ਨੂੰ ਨਹੀਂ ਦਿਖਦਾ ਤੇ ਬਾਅਦ ਚ ਜਿਹੜੀ ਗਲਤੀ ਹੈ ਜੋ ਵੀ ਹੈ ਉਹ ਸਾਰਾ ਆਰਟਿਸਟ ਧਿਆਨ ਤੁਹਾਡੇ ਨਾਲ ਹੋਇਆ ਕਦੇ ਇਦਾਂ ਹਾਂ ਮੇਰੇ ਨਾਲ ਵੀ ਹੋਇਆ ਸੀ ਇੱਕ ਵਾਰੀ ਪਤਾ ਹੀ ਸਾਰਿਆਂ ਨੂੰ ਇੱਕ ਵਾਰ ਹੋਇਆ ਸੀਗਾ ਤੇ ਪਰ ਨਾ ਯਾਰ ਮੈਨੂੰ ਮੇਰੇ ਪੋਸਟ ਤੋਂ ਬਾਅਦ ਮੇਰੇ ਪਾਪਾ ਨੇ ਮੈਨੂੰ ਕਿਹਾ ਕਿ ਮੈਂ ਮੇਰੇ ਪਾਪਾ ਨੇ ਮਤਲਬ ਉਹ ਬਹੁਤ ਜਿਵੇਂ ਸਮਝਾਉਂਦੇ ਵੀ ਆ ਡਾਂਟਦੇ ਵੀ ਆ ਤੇ ਮੈਂ ਕਿਹਾ ਕਿ ਯਾਰ ਉੱਥੇ ਆ ਆ ਹੋਇਆ ਮਤਲਬ ਜਦੋਂ ਮੈਂ ਪੂਰੀ ਸਟੋਰੀ ਸੁਣਾਉਂਗਾ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਕਿ ਕੀ ਕਿਉਂ ਹੋਇਆ ਹਮ ਪਰ ਕਹਿੰਦੇ ਕਿ ਇਹ ਤੇਰੀ ਸਟੋਰੀ ਮੈਂ ਸੁਣ ਸਕਦਾ ਦੁਨੀਆ ਸੁਣੂਗੀ ਮੈਂ ਕਿਹਾ ਨਹੀਂ ਕਹਿੰਦੇ ਤੂੰ ਐਕਸਕਿਊਜ਼ ਦੇ ਸਕਦਾ ਕਹਿੰਦੇ ਕੌਣ ਜਾਣਦਾ ਹੈ ਕਿਸੇ ਨੂੰ ਜਿੰਨਾਂ ਜਿੰਨੂੰ ਜਾਣਦਾ ਸਾਰੇ ਗਾਲਾਂ ਉਹਨੂੰ ਕੱਢਦੇ ਆ ਉਹਨੂੰ ਕੱਢਦੇ ਨੇ ਸੋ ਮੈਨੂੰ ਲੱਗਦਾ ਕਿ ਆਰਟਿਸਟ ਦੀ ਸਭ ਤੋਂ ਜ਼ਰੂਰੀ ਡਿਊਟੀ ਹੀ ਇਹ ਹੈ ਕਿ ਬਿਹੇਵੀਅਰ ਹਾਂ ਬਿਹੇਵੀਅਰ ਤੁਹਾਨੂੰ ਠੀਕ ਕਰਨਾ ਹੀ ਪੈਂਦਾ ਥੋੜੇ ਕੋਈ ਗੋਲੀ ਵੀ ਮਾਰ ਦੇ ਤੁਹਾਨੂੰ ਸਹਿਣਾ ਹੀ ਪੈਂਦਾ ਸਭ ਤੋਂ ਪਹਿਲਾਂ ਤਾਂ ਰੂਲ ਨੰਬਰ 1 ਇਜ਼ ਪੇਸ਼ੈਂਸ ਪੇਸ਼ੈਂਸ ਸਟੇਜ ਤੇ ਬਹੁਤ ਕੁਝ ਹੁੰਦਾ ਹੈ ਪਤਾ ਕੀ ਹੈ ਯਾਰ ਉੱਥੇ ਕੁਝ ਲੋਕ ਐਜੇ ਵੀ ਹੁੰਦੇ ਜਿਨ੍ਹਾਂ ਨੇ दारू ਪੀਤੀ ਹੋਈ ਹੈ ਕੁਝ ਲੋਕ ਐਜੇ ਜਿਹੜੇ ਆ ਤਾਂ ਗਏ ਪਰ ਉਹ ਤੁਹਾਡੇ ਫੈਨ ਨਹੀਂ ਹੈਗੇ ਹਾਂ ਅੱਛਾ ਕੁਝ ਇਹ ਜਿਹੇ ਨੇ ਜਿਹੜੇ ਤੁਹਾਡੇ ਲਈ ਮਰਨ ਨੂੰ ਤਿਆਰ ਨੇ ਜਿਹੜੇ ਮਤਲਬ ਜਿਹੜੇ ਕਹਿੰਦੇ ਕਿ ਬਸ ਤੈਨੂੰ ਦੇਖਣਾ ਹੈ ਹਾਂ ਹੁਣ ਤੁਸੀਂ ਇਸ ਮਿਕਸਚਰ ਨੂੰ ਹੈਂਡਲ ਕਰਨਾ ਤੁਸੀਂ ਕਿਸੇ ਇੱਕ ਬੰਦੇ ਲਈ ਨਹੀਂ गा ਰਹੇ ਜਦੋਂ ਤੁਸੀਂ ਕਿਸੇ ਇੱਕ ਲਈ ਗਾ ਨਹੀਂ ਰਹੇ ਤਾਂ ਤੁਹਾਡਾ ਰਿਐਕਸ਼ਨ ਇਕਲੀ ਨਹੀਂ ਹੋਣਾ ਚਾਹੀਦਾ ਹੁੰਦਾ ਬਹੁਤ ਕੁਝ ਹੈ ਹਾਂ ਬਹੁਤ ਕੁਝ ਤਾਂ ਹੀ ਮੈਂ ਕਿਹਾ 올 ਆਈਜ਼ ਔਨ ਯੂ ਵਾਲੀ ਗਾਉਂਦੇ ਹਾਂ ਕਿੰਨੀ ਤੁਹਾਨੂੰ ਕੋਈ ਬੰਦਾ ਹੈ ਇਸ਼ਾਰੇ ਅਸੀਂ ਪੰਜਾਬੀ ਆ ਸਾਰੇ ਹਨਾ ਸਾਡੇ ਚ ਕਣਖ ਵੀ ਹੁੰਦੀ ਆ ਸਾਨੂੰ ਵੀ ਪਿੰਚ ਹੁੰਦੀਆਂ ਗੱਲਾਂ ਆਫਟਰ ਆਲ ਵੀ ਆਲ ਆਰ ਹਿਊਮਨ ਹਿਊਮਨ ਤੇ ਉਹ ਸਾਰੀਆਂ ਗੱਲਾਂ ਪਰ ਮੈਨੂੰ ਲੱਗਦਾ ਕਿ ਕਲਾਕਾਰ ਹਿਊਮਨ ਨਹੀਂ ਹੁੰਦੇ ਨਹੀਂ ਹੁੰਦੇ ਪੇਸ਼ੈਂਸ ਪੇਸ਼ੈਂਸ ਇਜ਼ ਦ ਕੀ ਦੇ ਸ਼ੁੱਡ ਐਕਟ ਲਾਈਕ ਐਨ ਰੋਬੋਟ ਹਾਂ ਸੀਰੀਅਸਲੀ ਹਾਂ ਮਸ਼ੀਨ ਹੋਣੇ ਚਾਹੀਦੇ ਆ ਬੰਦੇ ਹਾਂ ਇਹ ਮੈਨੂੰ ਇਸ ਇੰਡਸਟਰੀ ਦੇ ਬੰਦੇ ਨੇ ਮਤਲਬ ਸਾਡੇ ਪੰਜਾਬ ਦੇ ਬਹੁਤ ਵੱਡੇ ਕਲਾਕਾਰ ਨੇ ਉਹਨਾਂ ਬਾਰੇ ਕਹੀ ਕਿ ਬਹੁਤ ਵੱਡੀ ਗੱਲ ਹੈ ਤੇ ਬਹੁਤ ਡੀਪ ਹੈ ਹਾਂ ਉਹ ਕਹਿੰਦੇ ਕਿ ਯਾਰ ਉਹਦੀ ਖਾਸ ਸਭ ਤੋਂ ਵੱਡੀ ਖਾਸियत ਪਤਾ ਕੀ ਹੈ ਉਹ ਮਸ਼ੀਨ ਹੈ ਉਹ ਰੋਬੋਟ ਹੈ ਜੇ ਤੁਸੀਂ ਉਹੋ ਜਿਹਾ ਬਣਨਾ ਤਾਂ ਪਹਿਲਾਂ ਤੁਸੀਂ ਰੋਬੋਟ ਬਣਾ ਹੂੰ ਕਮਾਂਡ ਤੇ ਚੱਲੋ ਤੁਹਾਡੀ ਕਮਾਂਡ ਹੈ 2 ਘੰਟੇ ਹੱਸ ਕੇ ਗਾਉਣਾ ਹੈ ਹੂੰ ਤੁਹਾਡੀ ਕਮਾਂਡ ਹੈ ਤੁਸੀਂ 7 ਵਜੇ ਸੱਟ ਤੇ ਪਹੁੰਚ ਕੇ ਬੈਸਟ ਐਕਟ ਕਰਨਾ ਹੈ ਹੂੰ ਤੁਹਾਡੀ ਕਮਾਂਡ ਹੈ ਵੀ ਜੇ ਫਰਾਈਡੇ ਫਿਲਮ ਨਹੀਂ ਵੀ ਵਰਕ ਕੀਤੀ ਅਗਲੇ ਦਿਨ ਫਿਰ ਸਮਾਈਲ ਕਰਕੇ ਸਾਰਿਆਂ ਨੂੰ ਦੱਸਣਾ ਮੇਰੀ ਫਿਲਮ ਦੇਖਣ ਜਾਓ ਹੂੰ ਹੂੰ ਸੋ ਜਿਹੜਾ ਐ ਕਰ ਜਾਂਦਾ ਮੈਨੂੰ ਲੱਗਦਾ ਉਹ ਕਾਮਯਾਬ ਇਹ ਤਾਂ ਹੈ ਤੇ ਗੁਰਨਾਮ ਤੁਹਾਡੀ ਜਿਹੜੀ ਮੈਰਿਜ ਹੈ ਉਹ ਟਾਕ ਆਫ ਦਾ Town ਰਹੀ ਹੈ ਉਹ ਕਿਉਂ ਰਹੀ ਹੈ ਯਾਰ ਕਿਉਂਕਿ ਗੁਰਨਾਮ ਦੀ ਮੈਰਿਜ ਆ ਤਾਂ ਕਰਕੇ ਹਨਾ ਤੇ ਸਭ ਤੋਂ ਪਹਿਲਾਂ ਤਾਂ ਕੰਗ੍ਰੈਟਸ ਔਨ ਯੂ ਵੈਡਿੰਗ ਥੈਂਕ ਯੂ ਤੇ ਮੈਂ ਇਹ ਪੁੱਛਣਾ ਚਾਹੂੰਗੀ ਕਿ ਮੈਰਿਜ ਤੋਂ ਬਾਅਦ ਤਹਾਡੀ ਲਾਈਫ ਦੇ ਵਿੱਚ ਕੀ ਚੇਂਜ ਆਇਆ ਸਪੈਸ਼ਲੀ ਗੁਰਨਾਮ ਦੇ ਵਿੱਚ ਕੀ ਚੇਂਜ ਆਇਆ ਅ ਮੈਰਿਜ ਬਾਰੇ ਮੈਂ ਬਸ ਇਹੀ ਕਹੂੰਗਾ ਕਿ ਇਹਨੂੰ ਜਿੰਨਾ ਸੌਖਾ ਰੱਖੋਗੇ ਸਾਰੇ ਜਣਿਆਂ ਨੂੰ ਮੈਂ ਕਹੂੰਗਾ ਹਮ ਤੇ ਅ ਕਈ ਵਾਰੀ ਮਤਲਬ ਮੈਰਿਜ ਕੋਈ ਕੰਮ ਨਹੀਂ ਹੈ ਔਰ ਇਸੇ ਕਰਕੇ ਮੈਂ ਉਹਦੇ ਬਾਰੇ ਜ਼ਿਆਦਾ ਗੱਲ ਨਹੀਂ ਕਰਦਾ ਕਿਉਂਕਿ ਮੈਨੂੰ ਹੁੰਦਾ ਹੈ ਕਿ ਯਾਰ ਇਹ ਮੇਰੀ ਪਰਸਨਲ ਚੀਜ਼ ਹੈ ਪਰਸਨਲ ਚੀਜ਼ ਹੈ ਉਹ ਚੰਗੀ ਹੈ ਉਹ ਮਾੜੀ ਹੈ ਉਹਦੇ ਚ ਕਮੀਆਂ ਨੇ ਉਹ ਅਪ ਟੂ ਦਾ ਮਾਰਕ ਹੈ ਉਹ ਮੇਰੀ ਹੈ ਤਾਂ ਮੈਨੂੰ ਇਹ ਲੱਗਦਾ ਹੈ ਕਿ ਮਤਲਬ ਜਿਹੜੇ ਵੀ ਲੋਕ ਇਹ ਗੱਲ ਸੁਣ ਰਹੇ ਨੇ ਕਿ ਤੁਸੀਂ ਆਪਣੀ profession ਨੂੰ ਅਲੱਗ ਰੱਖੋ ਤੇ personal life ਨੂੰ ਅਲੱਗ ਰੱਖੋ ਉਹਨਾ ਇਜ਼ੀ ਹੈ ਔਰ ਮੈਂ ਬਹੁਤ ਵਾਰ ਦੇਖਿਆ ਕਿ ਲੋਕ ਨਾ ਆਪਣੇ ਪਾਰਟਨਰ ਬਾਰੇ ਆਪਣੀ ਫੈਮਿਲੀ ਬਾਰੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਬਹੁਤ ਸੋਸ਼ਲ ਮੀਡੀਆ ਤੇ ਔਰ ਖੱਟਾ ਮਿੱਠਾ ਸਾਰਿਆਂ ਦੀ ਲਾਈਫ ਚ ਹੁੰਦਾ ਹੈ ਹਨਾ ਫਿਰ ਮੈਂ ਦੇਖਦਾ ਕਿ ਉਹਨਾਂ ਦੀ ਰੀਅਲ ਜ਼ਿੰਦਗੀ ਕਿਵੇਂ ਦੀ ਹੈ ਔਨ ਕੈਮਰਾ ਕਿਵੇਂ ਦਿਖਾਉਂਦੇ ਸੋ ਮੈਨੂੰ ਆਏ ਗਿਆ ਯਾਰ ਮੇਰੀ ਲਾਈਫ ਮੇਰੀ ਅਲੱਗ ਰਵੇ ਹਾਂ ਹਰ ਚੀਜ਼ ਜਿਵੇਂ ਤੁਹਾਡੀ ਜ਼ਿੰਦਗੀ ਹੈ ਜਿਵੇਂ ਸਾਰਿਆਂ ਦੀ ਇਥੇ ਆਮ ਜ਼ਿੰਦਗੀ ਆਈ ਹੁੰਦੀ ਹੈ ਆਮ ਜ਼ਿੰਦਗੀ 'ਚ ਤੁਹਾਡੇ ਨੂੰ ਤੁਹਾਡੇ ਵੀ ਚੈਲੰਜਸ ਵੀ ਉਹੋ ਜਿਹੇ ਹੁੰਦੇ ਆ ਹਾਂ ਬਟ ਆਈ ਫੀਲ ਮੋਰ ਰਿਸਪੌਂਸਿਬਲ ਨਾਓ ਰਿਸਪੌਂਸਿਬਲ ਰਿਸਪੌਂਸਿਬਲ ਇਸ ਗੱਲ ਕਰਕੇ ਨਹੀਂ ਕਿ ਕੋਈ ਮਤਲਬ ਹਾਂ ਇਹ ਹੁੰਦਾ ਹੈ ਕਿ ਕਿਉਂਕਿ ਮੇਰੇ ਮੰਮਾ ਪਾਪਾ ਦਾ ਪਹਿਲਾਂ ਫਿਕਰ ਹੁੰਦਾ ਸੀ ਹੁਣ ਸਾਰੀ ਫੈਮਿਲੀ ਦਾ ਕਿ ਯਾਰ ਉਹਨਾਂ ਨੂੰ ਕੋਈ ਮਤਲਬ ਲਾਈਕ ਸੇਫਟੀ ਇਸ ਉਹ ਵਾਲੀ ਗੱਲ ਜ਼ਿਆਦਾ ਮੇਰੇ ਮਾਈਂਡ 'ਚ ਠੀਕ ਹੈ ਤੇ ਗੁਰਨਾਮ ਹੁਣ ਆਪਾਂ ਇੱਕ ਛੋਟਾ ਜਿਹਾ ਰੈਪਿਡ ਫਾਇਰ ਕਰਾਂਗੇ ਹਨਾ ਤੇ ਉਸ ਤੋਂ ਬਾਅਦ ਤੁਸੀਂ ਪਲੀਜ਼ ਮੈਨੂੰ Song ਸੁਣਾਣਾ ਹਾਂਜੀ ਹਾਂਜੀ ਚਲੋ ਅ ਗੈਸ ਦਾ ਆਰਟਿਸਟ From initial. Okay. एस एम सरगुन मेहता हाँ वेरी इजी जे जी जे जी जगदीप नहीं नो no. जे जी कौन है बता <laughs> क्यों रही हो यार चीटिंग नहीं करनी एक <laughs> मिनट रख दो मुंडा है कुड़ी है मुंडा है जगजीत संधू जे जी ਜੇ ਤੇ ਕੋਣ ਹੈ ਜੱਜ ਹਿੰਟ ਦਵਾ ਮਾਈਕ ਹਾਂ ਤੁਹਾਡੀ ਜਿਹੜੀ ਫਿਲਮ ਦੀ ਹੀਰੋਇਨ ਹੈ ਖਿਡਾਰੀ ਉਹਨਾਂ ਨੇ ਉਹਨਾਂ ਦੇ ਨਾਲ ਕੰਮ ਕੀਤਾ ਹੋਇਆ ਇੱਕ ਮੂਵੀ ਦੇ ਵਿੱਚ ਜੇ ਜੀ ਕੋਣ ਹੈ ਅੱਛਾ ਜਸਸੀ ਕੇ ਲਗਾ ਸੌਰੀ ਯਾਰ ਐਨੀਥਿੰਗ ਯਾਰ ਚੀਟਿੰਗ ਉਹ ਆਪਣੀ ਟੀਮ ਚੀਟਿੰਗ ਕਰ ਰਹੀ ਹੈ ਸੌਰੀ 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 ਕੋਈ ਬਾਤ ਨਹੀਂ ਪਰ ਇਹ ਵਧੀਆ ਟ੍ਰਿਕੀ ਕੁਐਸਚਨ ਸੀਗਾ ਆ ਨਾ ਟ੍ਰਿਕੀ ਸੀ ਨਾ ਹੁਣ ਤਾ ਤੂੰ ਸੀ ਤੁਹਾਨੂੰ ਪਤਾ ਲੱਗ ਜਾਣਾ ਸਾਰੀ ਈਜ਼ੀ ਨੇ ਹੁਣ ਐਨ ਬੀ ਐਨ ਬੀ ਨੀਰੂ ਬਾਜਵਾ ਐਮ ਐਸ ਐਮ ਐਸ ਮਾਹੀ ਸ਼ਰਮਾ ਹਾਂ ਬੀ ਐਸ ਬੀ ਐਸ ਸ਼ੀ ਇਜ਼ ਅ ਸਿੰਗਰ ਸ਼ੀ ਇਜ਼ ਅ ਸਿੰਗਲ ਸਿੰਗਲ ਸਿੰਗਰ ਬੀ ਐਸ ਬਾਣੀ ਸੰਧੂ ਯਾ ਨਾਈਸ ਫੇਵਰਿਟ ਫੀਮੇਲ ਕੋ-ਸਟਾਰ ਫੇਵਰਿਟ ਫੀਮੇਲ ਆਪਸ਼ਨਸ ਦੇ ਰਹੀ ਹਾਂ ਹਾਂਜੀ सरगुन मेहता तान्या या सोनम बाजवा एंड यू हैव टू चूज वन तान्या तान्या ओके फेवरेट फीमेल को सिंगर बानी संधू गुरलेज अख्तर और जासमिन अख्तर जैसमिन अख्तर जासमिन अख्तर डायमंड एक एक नंबर नंबर एक नंबर ओके ऑल टाइम सेलिब्रिटी क्रश 올타임 셀러브리티 크러시 इज 소남 바즈와 아이 노 ਐਂਡ एवरीवन नो एवरीवन 노ਸ ਜੇ ਤੁਸੀਂ ਸਿੰਗਰ ਨਹੀਂ ਹੁੰਦੇ ਐਕਟਰ ਨਹੀਂ ਹੁੰਦੇ ਫਿਰ ਤੁਸੀਂ ਕੀ ਹੁੰਦੇ ਮੈਂ ਪੁਲਿਸ ਚ ਹੁੰਦਾ ਜੀ ਪੁਲਿਸ ਚ ਹੁੰਦੇ ਮੈਂ ਸਬ ਇੰਸਪੈਕਟਰ ਲਈ ਸਿਲੈਕਟ ਹੋ ਗਿਆ ਸੀ ਓਕੇ ਤੇ ਪਰ ਮੈਂ ਤਿਆਰੀ ਉਦੋਂ ਆਈਪੀਐਸ ਦੀ ਕਰ ਰਿਹਾ ਸੀ ਸੌਰੀ ਪੀਪੀਐਸ ਦੀ ਕਰ ਰਿਹਾ ਸੀ ਤੇ ਬਸ ਫਿਰ ਮੇਰਾ ਗਾਣਾ ਚੱਲ ਗਿਆ ਫਿਰ ਮੈਂ ਇੰਟਰਵਿਊ ਤੇ ਨਹੀਂ ਗਿਆ ਹਮ ਓਕੇ ਠੀਕ ਹੈ ਤੇ ਹੁਣ ਤੁਸੀਂ Song ਸੁਣਾਓ ਫਕੀਰਾ OK ਤੇਰੀ yaad mainu ਤੜਪਾਵੇ ਮੈਨੂੰ ਤੇ ਚੈਨ ਨਾ ਆਵੇ ਮੈਨੂੰ ਜਿਸਮ ਚੋਂ ਮੇਰੇ ਜਾਨੀ ਤੇਰੇ ਜਿਸਮ ਦੀ ਖੁਸ਼ਬੂ ਆਵੇ ਮੈਂ ਚਾਹੇ ਜਾਗਾ ਮੈਂ ਚਾਹੇ ਸੋਵਾਂ ਤੰਗ ਕਰਦੇ ਨੇ حال تیرے او ਫਕੀਰਾ او ਫਕੀਰਾ ਮੈਨੂੰ ਲੈ ਜਾ ਤੂੰ ਨਾਲ ਤੇਰੇ ਵਾਓ ਸੀਰੀਅਸਲੀ ਵਾਓ ਥੈਂਕ ਯੂ ਥੈਂਕ ਯੂ ਸੋ ਮਾਚ ਗੁਰਨਾ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ ਐਂਡ ਆਲ ਦਾ ਬੈਸਟ ਫਾਰ ਯੂ ਮੂਵੀ ਖਿਡਾਰੀ 9 ਫ फेब्रुवारी ਨੂੰ ਆ ਰਹੀ ਹੈ ਤੁਸੀਂ ਸਾਰਿਆਂ ਨੇ ਜਾਣਾ ਤੇ ਦੇਖਣੀ ਹੈ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਤੁਸੀਂ ਬਹੁਤ ਵਧੀਆ ਇੰਟਰਵਿਊ ਕੀਤਾ ਆਲ ਦਾ ਬੈਸਟ ਫॉर ਯੋਰ ਸ਼ੋ ਅਨਫਿਲਟਰਡ ਮੋਲੀਨਾ ਸੋਦੀ ਹਾਂ ਥੈਂਕ ਯੂ ਇਹ ਬਹੁਤ ਤੁਸੀਂ ਵੀ ਮੈਂ ਤੁਹਾਨੂੰ ਦੇਖਿਆ ਬਹੁਤ ਸਾਰੇ ਗਾਣਿਆਂ ਚ ਹਾਂ ਰੀਲੀ ਸੋ ਆਲ ਦਾ ਵੈਰੀ ਬੈਸਟ ਫॉर ਯੋਰ ਫਿਊਚਰ ਥੈਂਕ ਯੂ ਸੋ ਮੱਚ ਥੈਂਕ ਯੂ